ਪਾਵਨ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਅਲਾਹੀ ਧਰਤੀ ਅਤੇ ਮਾਲਕ ਦੀ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਸਾਹਿਬ ਨੇ ਤਰਸ ਦੇ ਘਰ ਵਿੱਚ ਆ ਕੇ ਸੁਭਾਗ ਬਖਸ਼ਿਆ ਹੈ। ਲੜੀਵਾਰ ਗੁਰ ਇਤਿਹਾਸ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ। ਸੋ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਹੈ, ਇਸ ਪਾਵਨ ਲੜੀ ਦੇ ਦਰਮਿਆਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਸਾਮ ਦੀ ਯਾਤਰਾ ਤੋਂ ਵਾਪਿਸ ਆਏ ਨੇ। ਰਾਜਾ ਰਾਮ ਸਿੰਘ ਦੀ ਫਤਿਹ ਹੋਈ ਹੈ। ਗਰੀਬ ਨਿਵਾਜ ਸਾਹਿਬ ਜੀ ਜਿਵੇਂ ਹੀ ਪਟਨਾ ਸਾਹਿਬ ਦੇ ਵਿੱਚ ਪ੍ਰਵੇਸ਼ ਕਰਦੇ ਨੇ, ਪਿੱਛੇ ਗੁਰੂ ਕਾ ਬਾਗ ਜੋ ਪਾਵਨ ਅਸਥਾਨ ਹੈ, ਇਸ ਤੋਂ ਪਿਛਾਂ ਜਿਹੜਾ ਅਸਥਾਨ ਸੀ ਰਕਾਬਗੰਜ, ਉੱਥੇ ਸਤਿਗੁਰੂ ਠਹਿਰਦੇ ਨੇ। ਗੁਰੂ ਕੇ ਬਾਗ ਵਾਲੇ ਪਾਵਨ ਅਸਥਾਨ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਅੰਦਰ ਸਾਹਿਬ ਜੀ ਦਾ ਮਿਲਾਪ ਹੁੰਦਾ ਹੈ। ਸੋ ਬੜੇ ਸੰਗਤਾਂ ਦੇ ਉਤਸ਼ਾਹ ਦੇ ਨਾਲ ਸਾਰੀਆਂ ਸੰਗਤਾਂ ਇੱਕ ਨਗਰ ਕੀਰਤਨ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਉਸ ਪਾਵਨ ਅਸਥਾਨ ਤੋਂ, ਸਾਹਿਬ ਜੀ ਦਾ ਇਹ ਜਿਹੜਾ ਮਹਿਲ ਹੈ, ਸਤਿਗੁਰਾਂ ਦਾ ਇਹ ਜਿਹੜਾ ਪਾਵਨ ਘਰ ਹੈ, ਇਹ ਜੋ ਪਾਵਨ ਤਖਤ ਹੈ, ਇਹ ਜੋ ਪਾਵਨ ਧਰਤੀ ਹੈ, ਗੁਰੂ ਕਾ ਦਰਬਾਰ ਹੈ, ਇੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹੁੰਚਦੇ ਨੇ। ਸਭ ਤੋਂ ਪਹਿਲਾਂ ਆ ਕਰਕੇ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਨਮਸਕਾਰ ਕਰਦੇ ਨੇ। ਮਾਂ ਵੱਲੋਂ ਆਸੀਸ ਹੈ, ਅਕਾਲ ਪੁਰਖ ਪਰਮੇਸ਼ਰ ਦੀਰਘ ਆਯੂ ਬਖਸ਼ੇ। ਨਿਮਖ ਨਾ ਵਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। ਕਰਤਾ ਪੁਰਖ ਪਰਮੇਸ਼ਰ ਸਦਾ ਸਹਾਈ ਹੋਵੇ, ਹਰ ਮੈਦਾਨ ਹਰ ਮੁਕਾਮ ਫਤਿਹ ਬਖਸ਼ਿਸ਼ ਕਰੇ। ਸੋ ਇਸ ਤੋਂ ਉਪਰੰਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਹਿਲ, ਗੁਰੂ ਕੇ ਪਿਆਰੇ ਮਾਤਾ ਗੁਜਰੀ ਜੀ ਸਤਿਗੁਰਾਂ ਦੇ ਚਰਨਾਂ ਨੂੰ ਨਮਸਕਾਰ ਕਰਦੇ ਹਨ। ਸਾਹਿਬ ਜੀ ਬੜੇ ਪਿਆਰ ਦੇ ਨਾਲ ਆਸੀਸ ਬਖਸ਼ਿਸ਼ ਕਰਦੇ ਹਨ। ਸੋ ਇੰਜ ਦਾਤਾਰ ਪਾਤਸ਼ਾਹ ਜੀ ਦਾ ਜਿਵੇਂ ਹੀ ਇਸ ਘਰ ਦੇ ਵਿੱਚ ਆਉਣਾ ਹੋਇਆ, ਬੇਅੰਤ ਸੰਗਤਾਂ ਸੁਣ ਕਰਕੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਸਾਰੇ ਪਾਸੇ ਸਵੇੜੇ ਇਸ ਘਰ ਦੇ ਭੀੜ ਹੀ ਭੀੜ ਹੈ। ਸੋ ਰਾਜਾ ਰਾਮ ਸਿੰਘ 3 ਦਿਨ ਬਾਹਰ ਇੱਕ ਥਾਂ 'ਤੇ ਡੇਰਾ ਕਰਨ ਉਪਰੰਤ ਸਤਿਗੁਰਾਂ ਕੋਲ ਇਸ ਘਰ ਦੇ ਵਿੱਚ ਆਉਂਦਾ, ਬੇਨਤੀ ਕਰਦਾ, ਮਹਾਰਾਜ ਆਪ ਦੀ ਕਿਰਪਾ ਦੇ ਸਦਕਾ ਮੇਰੀ ਮੁਹਿੰਮ, ਮੇਰਾ ਜਿਹੜਾ ਲਕਸ਼ ਸੀ ਉਹ ਫਤਿਹ ਹੋਇਆ, ਮੈਨੂੰ ਜਿੱਤ ਪ੍ਰਾਪਤ ਹੋਈ, ਹੁਣ ਆਸੀਸ ਦਿਓ, ਮੈਂ ਵਾਪਸ ਔਰੰਗਜ਼ੇਬ ਨੂੰ ਜਾ ਕੇ ਖਬਰ ਦੇਵਾਂ। ਸੋ ਸਾਹਿਬ ਨੇ ਆਸੀਸ ਦਿੱਤੀ ਹੈ, ਅਗਾਂਹ ਵੀ ਕਦੇ ਭੀੜ ਪਵੇ, ਕੋਈ ਐਸਾ ਸਮਾਂ ਬਣੇ ਤਾਂ ਕਰਤਾ ਪੁਰਖ ਪਰਮੇਸ਼ਰ ਨੂੰ ਯਾਦ ਕਰੀਂ, ਸਤਿਨਾਮ ਦਾ ਸਿਮਰਨ ਕਰੀਂ, ਤੇਰੇ ਸਾਰੇ ਬੰਧਨ ਵਿਘਨ ਦੁੱਖ ਆਦਿਕ ਜਿਹੜੇ ਹਨ ਸੋ ਘੱਟ ਜਾਣਗੇ। ਸੋ ਇੰਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਹ ਪਾਵਨ ਸਾਹਿਬ ਜੀ ਦਾ ਜੋ ਘਰ ਹੈ, ਇੱਥੇ ਸਤਿਗੁਰੂ ਟਿਕੇ ਨੇ, ਸੰਗਤਾਂ ਦੀਦਾਰ ਕਰਦੀਆਂ ਨੇ। ਬਾਲ ਗੋਬਿੰਦ ਰਾਏ ਜੀ ਸਤਿਗੁਰਾਂ ਦੀ ਝੋਲੀ ਵਿੱਚ ਆ ਕਰਕੇ ਬੈਠੇ ਨੇ, ਜਿਵੇਂ ਹਾਣੀ ਆਉਂਦੇ ਨੇ, ਹਾਣੀ ਆਵਾਜ਼ ਦਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬਾਲਕ ਹਾਣੀਆਂ ਨਾਲ ਇਸ ਵਿਹੜੇ ਵਿੱਚ ਖੇਡਣ ਵਾਸਤੇ ਚਲੇ ਜਾਂਦੇ ਨੇ, ਢਾਣੀਆਂ ਬਣਾ ਕਰਕੇ ਖੇਡਦੇ ਨੇ, ਗੁਲੇਲੇ ਚਲਾਉਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਬਦ ਕਿਹਾ ਕਿ ਬਾਲਕ ਜੀ, ਇਹ ਗੋਬਿੰਦ ਰਾਏ ਜੀ, ਇਹ ਸਾਹਿਬਜ਼ਾਦਾ ਜੀ, ਇੱਥੇ ਆਓ, ਆ ਕਰਕੇ ਸਾਡੇ ਕੋਲ ਬੈਠੋ, ਸੰਗਤਾਂ ਆਉਂਦੀਆਂ ਨੇ, ਸੰਗਤਾਂ ਅਰਦਾਸਾਂ ਕਰਦੀਆਂ ਨੇ, ਜਿਹੜੇ ਜੰਗ ਯੁੱਧ ਤੁਸੀਂ ਇਸ ਵੇਲੇ ਕਰਨ ਦੀ ਵਿਉਂਤ ਕਰ ਰਹੇ ਹੋ, ਇਹ ਹਾਲੇ ਨਹੀਂ, ਇਹ ਬਹੁਤ ਅਗਾਂਹ ਚੱਲ ਕੇ ਸਮਾਂ ਆਉਣਾ, ਪਰ ਤੁਸੀਂ ਹੁਣੇ ਹੀ ਇਹ ਖੇਡਾਂ ਖੇਡਣ ਲੱਗੇ ਹੋ। ਸੋ ਇੰਝ ਕੱਲ੍ਹ ਦੇ ਇਤਿਹਾਸ ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤੇ ਹਨ। ਸੋ ਆਓ ਜਿਤਨੇ ਜੁੜ ਬੈਠੇ ਹਾਂ, ਮਾਲਕ ਅੱਗੇ ਤਰਲਾ ਲਓ, ਅਰਦਾਸ ਕਰੋ, ਦਾਤਾ ਭਾਵਨਾ ਦੀ ਦਾਤ ਬਖਸ਼ਿਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕੇ ਆਪਣੇ ਪਾਵਨ ਇਤਿਹਾਸ ਨੂੰ ਮਹਿਸੂਸ ਕਰਦਿਆਂ ਮਾਣਦਿਆਂ ਹੋਇਆਂ ਕੁਝ ਕਹਿਣ ਸੁਣਨ ਦੀ ਸਮਰੱਥਾ ਦਿਓ। ਜਿਤਨੇ ਜੁੜ ਬੈਠੇ ਹੋ, ਆਓ ਸਾਹਿਬ ਦੀ ਆਸੀਸ ਲਓ, ਇੱਕ ਦਫਾ ਉਚਾਰਨ ਕਰੋ ਅਤੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ। ਇਤਿਆਦਿਕ ਕਹਿ ਬਾਕ ਦਿਲਾਸੇ, ਇਤਿਆਦਿਕ ਕਹਿ ਬਾਕ ਦਿਲਾਸੇ, ਇਸ ਤਰ੍ਹਾਂ ਦੇ ਬਚਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਕਹਿ ਕਰਕੇ ਬਾਲ ਸਤਿਗੁਰੂ ਗੁਰੂ ਗੋਬਿੰਦ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਅੰਦਰ ਸਾਹਿਬ ਜੀ ਨੂੰ ਇੰਜ ਦਿਲਾਸਾ ਦਿੰਦੇ ਹਨ ਕਿ ਸੰਗਤ ਆਉਂਦੀ ਹੈ, ਆਪ ਜੀ ਸੰਗਤ ਦੇ ਵਿੱਚ ਬੈਠੋ, ਸੰਗਤ ਨੂੰ ਦੀਦਾਰ ਦਿਓ,
ਇਹ ਜਿਹੜੀਆਂ ਖੇਡਾਂ ਖੇਡ ਰਹੇ ਹੋ ਇਹ ਹਾਲੇ ਨਹੀਂ ਖੇਡਣੀਆਂ ਹਨ। ਕਿਤਕ ਸਮੈ ਰਾਖੈ ਨਿਜ ਪਾਸੇ। ਸਤਿਗੁਰੂ ਜੀ ਕਾਫੀ ਸਮਾਂ ਗੋਬਿੰਦ ਰਾਏ ਜੀ ਨੂੰ ਆਪਣੇ ਕੋਲ ਬਿਠਾਉਂਦੇ ਹਨ, ਆਪਣੇ ਪਾਸ ਰੱਖਦੇ, ਆਪਣੀ ਗੋਦ ਵਿੱਚ ਬਿਠਾਉਂਦੇ ਹਨ। ਬੋਹਰ ਜਾਏ ਬਾਲਕ ਮਹਿ ਖੇਲਹਿ। ਫਿਰ ਜਿਵੇਂ ਬਾਲਕ ਹਾਣੀ ਸਾਥੀ ਆਉਂਦੇ ਨੇ ਉਹ ਫਿਰ ਆਵਾਜ਼ ਦੇ ਦਿੰਦੇ ਨੇ ਗੋਬਿੰਦ ਰਾਏ ਜੀ ਆਓ ਆਪਾਂ ਫਿਰ ਖੇਡਦੇ ਹਾਂ। ਸੋ ਇਹ ਜਹਾਨੀਆਂ ਦੀ ਆਵਾਜ਼ ਸੁਣ ਕਰਕੇ ਫਿਰ ਜਾ ਕਰਕੇ ਪਿਤਾ ਦੀ ਗੋਦ 'ਚੋਂ ਉੱਠਦੇ ਨੇ, ਫਿਰ ਉੱਠ ਕਰਕੇ ਆਪਣੇ ਹਾਣੀ ਬਾਲਕਾਂ ਨਾਲ ਖੇਡਣ ਲੱਗ ਪੈਂਦੇ ਹਨ। ਕੈਸੀਆਂ ਖੇਡਾਂ ਖੇਡਦੇ ਨੇ, ਜਿਵੇਂ ਕੱਲ੍ਹ ਵੀ ਆਪ ਜੀ ਨੇ ਸਰਵਣ ਕੀਤਾ, ਟੋਲੀਆਂ ਬਣਾ ਲੈਂਦੇ ਨੇ, ਅਲੱਗ ਅਲੱਗ ਜਥੇ ਬਣਾ ਲੈਂਦੇ ਹਨ। ਸੋ ਇਸੇ ਤਰ੍ਹਾਂ ਰੇਲ ਧਕੇਲਹਿ ਕਿਸੇ ਨੂੰ ਧੱਕਾ ਮਾਰ ਕੇ ਸੁੱਟ ਦਿੰਦੇ ਹਨ ਅਤੇ ਕਿਸੇ ਦਾ ਧੱਕਾ ਜਿਹੜਾ ਹੈ ਉਹ ਆਪਣੇ ਸਰੀਰ ਉੱਤੇ ਚੱਲਦੇ ਹਨ, ਉਹਨੂੰ ਰੋਕਦੇ ਹਨ। ਵਜਹਿ ਬਿਭੂਖਣ ਦੌਰਤ ਜਾਤੇ। ਜਦੋਂ ਇਸ ਵਿਹੜੇ ਦੇ ਵਿੱਚ ਸਤਿਗੁਰੂ ਜੀ ਖੇਡਦੇ ਨੇ, ਦੌੜਦੇ ਹਨ, ਤਾਂ ਜਿਹੜੇ ਬਾਲਕਾਂ ਵਾਲੇ ਗਹਿਣੇ ਤਨ ਦੇ ਉੱਤੇ ਧਾਰਨ ਕੀਤੇ ਹਨ ਉਹ ਖਣਕਦੇ ਹਨ, ਉਹਨਾਂ ਦੀ ਆਵਾਜ਼ ਆਉਂਦੀ ਹੈ। ਰਹਿ ਖੇਲ ਬਾਲਕ ਮਹਿ ਰਾਤੇ। ਇਸ ਤਰ੍ਹਾਂ ਬਾਲਕਾਂ ਦੇ ਵਿੱਚ ਖੇਡਦੇ ਹਨ ਤੇ ਬਾਲਕਾਂ ਦੀਆਂ ਜਿਹੜੀਆਂ ਖੇਡਾਂ ਹਨ ਉਹਨਾਂ ਵਿੱਚ ਰੱਤੇ ਰਹਿੰਦੇ ਹਨ। ਸਤਿਗੁਰ ਬੈਠੇ ਲਾਏ ਦੀਵਾਨ। ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਇਸ ਪਾਵਨ ਗ੍ਰਹਿ ਦੇ ਵਿੱਚ ਬਹਿ ਕਰਕੇ ਇਸ ਪਾਵਨ ਅਸਥਾਨ ਤੇ ਟਿਕਦੇ ਨੇ, ਸੰਗਤਾਂ ਇਸੇ ਤਰ੍ਹਾਂ ਆਉਂਦੀਆਂ ਹਨ ਤੇ ਸਾਹਿਬ ਜੀ ਦੀਵਾਨ ਲਾ ਕੇ ਸਭਨਾਂ ਨੂੰ ਉਪਦੇਸ਼ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਹਨ। ਸੁਧ ਪਸਰੀ ਟਿਕ ਦੂਰ ਕੇ ਥਾਨ। ਇਸ ਤਰ੍ਹਾਂ ਦੂਰ ਕੇ ਥਾਨ, ਦੂਰ ਦੂਰ ਦੀ ਜਿਹੜੀ ਥਾਂ ਹੈ ਅਤੇ ਟਿਕ ਜਿਹੜੀ ਆਸ ਪਾਸ ਦੀ ਥਾਂ, ਭਾਵ ਨੇੜੇ ਦੇ ਜਿਹੜੇ ਇਲਾਕੇ ਹਨ ਅਤੇ ਦੂਰ ਦੂਰ ਦੇ ਜਿਹੜੇ ਇਲਾਕੇ ਹਨ, ਸੁੱਧ ਪਸਰੀ ਉੱਥੇ ਸਾਰੇ ਪਾਸੇ ਇਹ ਖਬਰ ਫੈਲ ਗਈ ਹੈ। ਪੂਰਬ ਤੇ ਪਟਨੇ ਮਹਿ ਆਏ। ਗੁਰੂ ਤੇਗ ਬਹਾਦਰ ਮਹਾਰਾਜ ਜੋ ਪੂਰਬ ਦੇ ਪਾਸੇ ਵੱਲ ਗਏ ਸਨ, ਆਸਾਮ ਵੱਲ ਗਏ ਸਨ, ਕਾਮਰੂਪ ਦੇਸ਼ ਵੱਲ ਗਏ ਸਨ, ਸੋ ਸਤਿਗੁਰੂ ਜੀ ਹੁਣ ਵਾਪਸ ਪਟਨਾ ਸ਼ਹਿਰ ਵਿੱਚ ਆ ਗਏ ਹਨ। ਸੁਣ ਸਿੱਖ ਦੂਰ ਦੂਰ ਤੇ ਆਏ। ਜਿਹੜੇ ਹਿਰਦੇ, ਜਿਹੜੇ ਨੇਤਰ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਕਈ ਮਹੀਨਿਆਂ ਸਾਲਾਂ ਤੋਂ ਤੜਫਦੇ ਪਏ ਸਨ ਕਿ ਕਦੋਂ ਸਤਿਗੁਰੂ ਜੀ ਵਾਪਸ ਆਉਣ, ਅਸੀਂ ਸਾਹਿਬ ਦੇ ਦੀਦਾਰ ਕਰੀਏ, ਸੋ ਜਿਵੇਂ ਉਹਨਾਂ ਨੂੰ ਖਬਰ ਮਿਲਦੀ, ਦੂਰ ਦੂਰ ਤੋਂ ਸਿੱਖ ਜਿਹੜੇ ਹਨ ਉਹ ਪੰਧ ਕਰਦਿਆਂ ਹੋਇਆਂ, ਉਹ ਮੰਜ਼ਲਾਂ ਮਾਰਦਿਆਂ ਹੋਇਆਂ, ਉਹ ਦਿਨ ਰਾਤ ਸਫ਼ਰ ਤੈਅ ਕਰਦਿਆਂ ਹੋਇਆਂ ਇਸ ਪਾਵਨ ਧਰਤੀ 'ਤੇ ਪਹੁੰਚਣ ਲੱਗੇ। ਦਰਸ਼ਨ ਕਰਹਿ ਕਾਮਨਾ ਪਾਵੈ। ਸਾਰੇ ਸਤਿਗੁਰਾਂ ਦੇ ਦੀਦਾਰ ਕਰਦੇ ਹਨ, ਆਪਣੀਆਂ ਆਪਣੀਆਂ ਕਾਮਨਾ ਪ੍ਰਾਪਤ ਕਰਦੇ, ਪੂਰੀਆਂ ਕਰਦੇ ਹਨ। ਸਫਲ ਜਾਨ ਭੇਟਨ ਅਰ ਪਾਵੈ। ਅਤੇ ਭੇਟਾ ਅਰਪਣ ਕਰਦੇ ਹਨ, ਕਾਤੋਂ? ਕਿਉਂਕਿ ਸਫਲ ਜਾਨ, ਉਹਨਾਂ ਨੂੰ ਪਤਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੋ ਵੀ ਅਰਪਣ ਕਰਾਂਗੇ ਉਹ ਸਾਡਾ ਸਫਲ ਹੋ ਜਾਏਗਾ। ਜੇ ਧਨ ਅਰਪਣ ਕਰਾਂਗੇ ਸਾਡਾ ਧਨ ਸਫਲ ਹੋਏਗਾ, ਜੇ ਤਨ ਅਰਪਣ ਕਰਾਂਗੇ ਤਨ ਸਫਲ ਹੋਏਗਾ, ਮਨ ਅਰਪਣ ਕਰਾਂਗੇ ਮਨ ਸਫਲ ਹੋਏਗਾ। ਸੰਸਾਰ ਦੀ ਕੋਈ ਵੀ ਵਸਤੂ ਗੁਰੂ ਕੇ ਦਰਬਾਰ, ਗੁਰੂ ਕੇ ਚਰਨਾਂ 'ਚ ਜਦੋਂ ਭੇਟਾ ਕਰਦੇ ਹੋ ਉਹ ਸਫਲ ਹੋ ਜਾਂਦੀ ਹੈ। ਇਸ ਕਰਕੇ ਭੇਟਾਵਾਂ ਅਰਪਣ ਕਰਦੇ ਹਨ ਤਾਂ ਕਿ ਇਹ ਸਫਲੀਆਂ ਹੋ ਸਕਣ। ਸੰਗਤ ਨਈ ਨਿਤਾ ਪ੍ਰਤ ਆਏ। ਇਸ ਤਰ੍ਹਾਂ ਨਈ, ਭਾਵ ਇਹਦਾ ਇਹ ਨਹੀਂ ਕਿ ਨਹੀਂ, ਇਹਦਾ ਅਰਥ ਹੈ ਨਵੀਂ ਨਵੀਂ ਸੰਗਤ ਜਿਹੜੀ ਹੈ, ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ ਰੋਜ਼ਾਨਾ ਨਵੀਂ ਸੰਗਤ ਵੱਖ ਵੱਖ ਸਾਧਨਾਂ ਦੇ ਦੁਆਰਾ ਪਹੁੰਚਦੀ ਹੈ। ਸੋ ਇਸ ਤਰ੍ਹਾਂ ਰੋਜ਼ਾਨਾ ਨਵੇਂ ਤੋਂ ਨਵੇਂ ਸਰੀਰ ਗੁਰੂ ਕੇ ਦੀਦਾਰ ਕਰਨ ਆਉਂਦੇ ਹਨ। ਦਰਸਹਿ ਗੁਰ ਕੇ ਚਰਨ ਮਨਾਏ। ਤੇ ਸਾਰੇ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ ਹਨ, ਚਰਨ ਸਪਰਸ਼ ਕਰਦੇ ਹਨ ਅਤੇ ਮਨਾਏ ਗੁਰੂ ਸਾਹਿਬ ਜੀ ਦੇ ਬਚਨ ਮੰਨਦੇ ਹਨ। ਅਨਕ ਮਸੰਦ ਦਰਬ ਲੇ ਘਨੇ। ਤੇ ਬੜੇ ਬੜੇ ਮਸੰਦ ਜਿਹੜੇ ਹਨ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸਨ ਕਿ ਉਹ ਸਮੇਂ ਸਮੇਂ 'ਤੇ ਸਿੱਖਾਂ ਤੋਂ ਦਸਵੰਧ ਦੀ ਮਾਇਆ ਇਕੱਤ੍ਰਿਤ ਕਰਕੇ ਲਿਆਉਂਦੇ ਨੇ, ਗੁਰੂ ਕੇ ਚਰਨਾਂ 'ਚ ਭੇਟਾ ਕਰਦੇ, ਅਰਪਣ ਕਰਦੇ ਸਨ। ਸੋ ਇਸ ਪਾਵਨ ਅਸਥਾਨ 'ਤੇ ਫਿਰ ਜਿਹੜੇ ਦੂਰ ਦੇ ਜਾਂ ਨੇੜੇ ਦੇ ਇਲਾਕਿਆਂ ਦੇ ਮਸੰਦ ਸਨ,
ਉਹ ਵੀ ਸੰਗਤਾਂ ਤੋਂ ਭੇਟਾਵਾਂ ਮਾਇਆ ਲਿਆ ਕਰਕੇ ਸਤਿਗੁਰਾਂ ਨੂੰ ਅਰਪਣ ਕਰਦੇ ਹਨ। ਸਿੱਖਣ ਤੇ ਸੰਚੈ ਹਿਤ ਸਨੇ, ਹਿਤ ਸਨੇ ਬੜੇ ਪਿਆਰ ਦੇ ਨਾਲ ਸਭਨਾ ਦੇ ਭਲੇ ਵਾਸਤੇ ਸਿੱਖਾਂ ਤੋਂ ਇਕੱਠੀ ਕਰਦੇ ਸਨ, ਸੰਚੈ ਭਾਵ ਇਕੱਤ੍ਰਿਤ ਕਰਦੇ ਸਨ, ਮਾਇਆ ਇਕੱਠੀ ਕਰਨੀ, ਭੇਟਾਵਾਂ ਵਸਤੂਆਂ ਇਕੱਠੀਆਂ ਕਰਨੀਆਂ, ਸੰਗਤ ਆਪ ਨਹੀਂ ਪਹੁੰਚ ਪਾਉਂਦੀ ਸੀ ਤਾਂ ਮਸੰਦ ਲੋਕ ਜਿਹੜੇ ਸਨ ਉਹਨਾਂ ਨੂੰ ਸੰਗਤਾਂ ਭੇਟਾ ਦੇ ਦੇਣੀਆਂ, ਧਨ ਦੇ ਦੇਣਾ, ਦਸਵੰਧ ਦੇ ਦੇਣਾ, ਉਹਨਾਂ ਨੇ ਫਿਰ ਲਿਆ ਕੇ ਗੁਰੂ ਸਾਹਿਬ ਨੂੰ ਅਰਪਣ ਕਰ ਦੇਣਾ। ਸੋ ਇਸ ਵਕਤ ਉਹ ਬੜੇ ਨਿਰਮਲ ਹਿਰਦਿਆਂ ਵਾਲੇ ਸਨ ਜੋ ਬੜੀਆਂ ਸਵੱਛ ਬਿਰਤੀਆਂ ਦੇ ਨਾਲ ਸੰਗਤ ਦਾ ਇੱਕ ਇੱਕ ਰੁਪਈਆ ਲਿਆ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦਿਆ ਕਰਦੇ ਸਨ। ਸੋ ਆਵਹਿ ਗੁਰ ਕੋ ਅਰਪਨ ਤੇ, ਆ ਕਰਕੇ ਹਰ ਇੱਕ ਵਸਤੂ ਭੇਟਾ ਧਨ ਆਦਿਕ ਗੁਰੂ ਸਾਹਿਬ ਨੂੰ ਅਰਪਨ ਤੇ ਅਰਪਣ ਕਰ ਦਿੰਦੇ ਹਨ, ਸਮਰਪਿਤ ਕਰ ਦਿੰਦੇ ਹਨ। ਰਹਿ ਨਿਕਟ ਕੋ ਦਿਨ ਦਰਸਨ ਤੇ, ਤੇ ਕਾਫੀ ਦਿਨ ਸਤਿਗੁਰਾਂ ਦੇ ਕੋਲ ਰਹਿੰਦੇ ਸਨ, ਦਰਸ਼ਨ ਦੀਦਾਰ ਕਰਿਆ ਕਰਦੇ ਸਨ। ਅਤੇ ਇਹ ਜ਼ਰੂਰ ਆਪ ਜੀ ਇਹ ਬੇਨਤੀ ਪ੍ਰਵਾਨ ਕਰਿਓ ਜਦੋਂ ਵੀ ਆਓ, ਕਿਉਂਕਿ ਵੱਧ ਤੋਂ ਵੱਧ ਸਮਾਂ ਕੱਢਿਆ ਕਰੋ ਕਿ ਜੇ ਆਏ ਹਾਂ ਇਹਨਾਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਏ ਹਾਂ, ਜ਼ਰੂਰ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਜਾਇਆ ਕਰੋ। ਠੀਕ ਹੈ ਸੰਸਾਰ ਕਰੋ ਜਿਵੇਂ, ਸੰਸਾਰਕ ਜ਼ਿੰਮੇਵਾਰੀਆਂ ਬਹੁਤ ਹਨ ਹਰ ਮਨੁੱਖ ਦੀਆਂ, ਪਰ ਇੰਨਾ ਵੀ ਨਹੀਂ ਕਿ ਅਸੀਂ ਸੁਬਹਾ ਆਈਏ ਇੰਨਾ ਲੰਬਾ ਪੰਧ ਤੈਅ ਕਰਕੇ ਅਤੇ ਦੋ ਘੰਟਿਆਂ ਬਾਅਦ ਅਸੀਂ ਵਾਪਸ ਪਰਤ ਜਾਈਏ। ਇੱਕ ਤਾਂ ਆਈਏ ਗੁਰੂ ਸਾਹਿਬ ਜੀ ਦੇ ਕੋਲ ਰਹੀਏ, ਕੋਲ ਰਹਿਣ ਦਾ ਭਾਵ ਇਹ ਹੈ, ਦੇਖੋ ਇਸ ਪੰਕਤੀ ਦਾ ਭਾਵ ਕਿ ਆਉਂਦੇ ਨੇ ਅਤੇ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ ਹਨ। ਕੋਲ ਰਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਤਿੰਨ ਚਾਰ ਦਿਨ ਇੱਥੇ ਆਏ ਹਾਂ ਰਹੇ ਹਾਂ, ਅਤੇ ਇਹ ਨਹੀਂ ਕਿ ਇੱਕ ਦਫ਼ਾ ਸਵੇਰੇ ਦਰਸ਼ਨ ਕਰ ਲਏ ਫਿਰ ਸ਼ਾਮ ਨੂੰ ਹਾਜ਼ਰੀ ਭਰ ਲਈ, ਸਾਰਾ ਸਮਾਂ ਜਿਹੜਾ ਉਹ ਬਾਜ਼ਾਰਾਂ ਕਮਰਿਆਂ 'ਚ ਬਤੀਤ ਕਰ ਦਿੱਤਾ। ਗੁਰੂ ਸਾਹਿਬ ਜੀ ਦੇ ਕੋਲ ਰਿਹਾ ਕਰੀਏ, ਵੱਧ ਤੋਂ ਵੱਧ ਗੁਰੂ ਦਰਬਾਰ 'ਚ ਬੈਠਿਆ ਕਰੀਏ ਆ ਕਰਕੇ, ਭਾਵੇਂ ਦੀਵਾਨ ਚੱਲਦਾ ਹੈ ਭਾਵੇਂ ਨਹੀਂ ਚੱਲਦਾ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦਾ ਆਨੰਦ ਲਿਆ ਕਰੋ, ਗੁਰੂ ਸਾਹਿਬ ਦੇ ਕੋਲ ਰਿਹਾ ਕਰੋ ਆ ਕਰਕੇ। ਇੰਝ ਫਿਰ ਦੂਸਰਾ, ਜਦੋਂ ਆਓ ਵੱਧ ਤੋਂ ਵੱਧ ਯਤਨ ਕਰਿਆ ਕਰੋ ਆ ਕਰਕੇ ਸੇਵਾ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਨਹੀਂ ਕਿ ਅਸੀਂ ਦਰਸ਼ਨ ਕਰਨ ਆਏ ਹਾਂ, ਅਸੀਂ ਦਰਸ਼ਨ ਕਰ ਲਏ ਅਤੇ ਅਸੀਂ ਪਰਤ ਜਾਣਾ। ਜੋ ਸੇਵਾ ਮਿਲੇ ਗੁਰੂ ਘਰ ਦੇ ਅੰਦਰ ਸੇਵਾ ਜ਼ਰੂਰ ਕਰਕੇ ਜਾਓ, ਕੋਈ ਜੋੜਿਆਂ ਦੀ, ਕੋਈ ਬਰਤਨਾਂ ਦੀ, ਝਾੜੂ ਦੀ, ਇਹ ਸਾਰਾ ਕੁਛ ਜਿਹੜਾ ਇੱਕ ਜਿਵੇਂ ਕਹਿ ਲਈਏ ਗੁਰੂ ਸਾਹਿਬ ਦਾ ਹੁਕਮ ਸੀ ਉਸ ਵੇਲੇ ਸਿੱਖਾਂ ਨੂੰ। ਸੋ ਇਸ ਤਰ੍ਹਾਂ ਮਸੰਦ ਆਉਂਦੇ ਨੇ, ਆ ਕੇ ਗੁਰੂ ਸਾਹਿਬ ਦੇ ਕੋਲ ਰਹਿੰਦੇ ਹਨ, ਗੁਰੂ ਕਾ ਉਪਦੇਸ਼ ਸੁਣਦੇ ਹਨ ਅਤੇ ਨਾਲ ਨਾਲ ਸੇਵਾ ਕਰਕੇ ਫਿਰ ਪਰਤਦੇ ਹਨ। ਹੁਣ ਸਿਰ ਪਾਉਲੇਤ ਹੈ ਗੁਰ ਤੇ, ਫਿਰ ਜਾਣ ਲੱਗੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਜਾਂਦੇ ਨੇ ਅਤੇ ਸਤਿਗੁਰਾਂ ਤੋਂ ਸਿਰੋਂ ਪਾਉਂ ਪ੍ਰਾਪਤ ਕਰਕੇ ਜਾਂਦੇ ਹਨ। ਇੱਥੇ ਵੀ ਇੱਕ ਆਪ ਜੀ ਨੂੰ ਬੇਨਤੀ ਕਰਾਂ, ਵੈਸੇ ਹਰ ਪੰਕਤੀ ਵਿੱਚ ਬੜੇ ਰਹੱਸ ਬੜੀਆਂ ਰਮਜਾਂ ਹਨ। ਦੇਖੋ ਇੱਕ ਜਦੋਂ ਵੀ ਆਈਏ ਅਤੇ ਜਦੋਂ ਜਾਣ ਲੱਗੀਏ ਗੁਰੂ ਸਾਹਿਬ ਨੂੰ ਮਿਲ ਕੇ ਜ਼ਰੂਰ ਜਾਓ, ਇਹ ਜ਼ਿੰਦਗੀ ਦਾ ਸੁਭਾਅ ਬਣਾਓ। ਕਿਤੇ ਵੀ ਜਿਵੇਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਇੱਕ ਭਾਵੇਂ ਅਸੀਂ ਆਪਣੇ ਨਗਰ ਦੇ ਗੁਰੂ ਘਰ ਦੇ ਵਿੱਚ ਵੀ ਹੋਈਏ, ਜਦੋਂ ਅਸੀਂ ਜਾਂਦੇ ਹਾਂ ਆਪਾਂ ਜਾ ਕੇ ਪਹਿਲਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਜਿਹਨੂੰ ਆਪਾਂ ਇੱਕ ਸ਼ਬਦ ਕਹਿੰਦੇ ਜੀ ਮੈਂ ਮੱਥਾ ਟੇਕਿਆ। ਸੋ ਨਮਸਕਾਰ ਕਰਦੇ ਹਾਂ, ਸਤਿਗੁਰਾਂ ਦੇ ਚਰਨਾਂ 'ਚ ਆਸੀਸ ਝੁਕਾਉਂਦੇ ਹਾਂ, ਪਰ ਸਾਡਾ ਇੱਕ ਸੁਭਾਅ ਹੁੰਦਾ ਜਦੋਂ ਆਪਾਂ ਉੱਠਦੇ ਹਾਂ ਨਾ ਅਸੀਂ ਇੱਕਦਮ ਉੱਠ ਕੇ ਤੁਰ ਪੈਂਦੇ ਹਾਂ। ਸੋ ਉੱਠਦਿਆਂ ਹੋਇਆਂ ਵੀ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ, ਭਾਵ ਮਿਲ ਕੇ ਜਾਇਆ ਕਰੀਏ। ਅਤੇ ਜਦੋਂ ਆਪ ਜੀ ਇੱਥੇ ਯਾਤਰਾ 'ਤੇ ਆਉਂਦੇ ਹੋ, ਯਾਤਰਾ ਸੰਪੂਰਨ ਹੋ ਜਾਂਦੀ ਹੈ, ਕੋਈ ਰਾਤ ਨੂੰ ਚਾਲੇ ਮਾਰਦਾ, ਕੋਈ ਦਿਨੇ ਚਾਲੇ ਮਾਰਦਾ, ਸੁਭਾਵਿਕ ਹੈ ਆਪਾਂ ਕਮਰਿਆਂ 'ਚੋਂ ਹੀ ਤੁਰ ਪੈਂਦੇ ਹਾਂ। ਪਰ ਮੈਂ ਬੇਨਤੀ ਰੂਪ ਵਿੱਚ ਸਿਰਫ ਆਪ ਜੀ ਨੂੰ ਕਹਿ ਰਿਹਾ, ਕੋਈ ਹੁਕਮ ਨਹੀਂ ਹੈ, ਆਪ ਜੀ ਨੂੰ ਚੰਗਾ ਲੱਗੇ ਜ਼ਰੂਰ ਮੰਨਿਓ ਇਸ ਬੇਨਤੀ ਨੂੰ ਕਿ ਜਾਣ ਲੱਗੇ ਵੀ ਗੁਰੂ ਸਾਹਿਬ ਜੀ ਨੂੰ ਮਿਲ ਕੇ ਜਾਇਆ ਕਰੋ ਕਿ ਸਤਿਗੁਰੂ ਜੀ ਆਉਂਦਿਆਂ ਵੀ ਤੁਹਾਨੂੰ ਮਿਲੇ ਸੀ ਅਤੇ ਹੁਣ ਚੱਲੇ ਹਾਂ ਅਤੇ ਕਿਰਪਾ ਕਰੋ ਸੋ ਤੁਹਾਨੂੰ ਮਿਲ ਕੇ ਜਾ ਰਹੇ ਹਾਂ, ਉੱਥੇ ਸਤਿਗੁਰੂ ਤੁਹਾਨੂੰ ਆਸੀਸਾਂ ਰੂਪ ਸਿਰੋਂ ਪਾਉ ਬਖਸ਼ਿਸ਼ ਕਰਨਗੇ। ਸੋ ਇੰਝ ਮਾਸੰਦ ਜਦੋਂ ਜਾਂਦੇ ਨੇ ਜਾਣ ਲੱਗਿਆਂ ਸਤਿਗੁਰਾਂ ਨੂੰ ਮਿਲਦੇ ਹਨ, ਸਾਹਿਬ ਜੀ ਸਿਰੋਂ ਪਾਉ ਬਖਸ਼ ਕੇ ਖੁਸ਼ੀਆਂ ਆਸੀਸਾਂ ਬਖਸ਼ ਕੇ ਵਿਦਾ ਕਰਦੇ ਹਨ। ਵਿਦਾ ਹੋਏ ਨਿਕ ਸਹਿ ਤਿਸ ਪੁਰ ਤੇ, ਇੰਝ ਸਤਿਗੁਰਾਂ ਤੋਂ ਵਿਦਾਇਗੀ ਲੈ ਕਰਕੇ ਇਸ ਨਗਰ ਤੋਂ ਫਿਰ ਬਾਹਰ ਚਲੇ ਜਾਂਦੇ, ਆਪੋ ਆਪਣੇ ਨਗਰਾਂ ਨੂੰ ਚਾਲੇ ਮਾਰਦੇ ਹਨ। ਆਪੋ ਆਪਣੇ ਥਾਨ ਪਿਆਨ ਹੈ, ਆਪਣੇ ਆਪਣੇ ਥਾਵਾਂ ਨੂੰ ਜਿਸ
ਜਿਸ ਪਿੰਡ ਜਿਸ ਨਗਰ ਤੋਂ ਕੋਈ ਆਇਆ ਹੁੰਦਾ ਉਧਰ ਨੂੰ ਪਜਾਨਾ ਕਰਦਾ ਹੈ, ਚਾਲੇ ਮਾਰਦਾ ਹੈ, ਗੁਰ ਤਨ ਕੋ ਉਗਰਾਹਨ ਠਾਨਾ ਹੈ, ਤੇ ਫਿਰ ਉਸੇ ਜ਼ਿੰਮੇਵਾਰੀ ਉਸੇ ਡਿਊਟੀ ਤੇ ਫਿਰ ਲੱਗ ਜਾਂਦੇ ਨੇ, ਫਿਰ ਗੁਰੂ ਘਰ ਦਾ ਧਨ ਦਸਵੰਧ ਦੀ ਮਾਇਆ ਜਿਹੜੀ ਉਹਦੀ ਉਗਰਾਹੀ ਕਰਨ ਲੱਗਦੇ ਹਨ। ਖਸ਼ਟ ਮਾਸ ਕੈ ਸੰਮਤ ਮਾਹੀ, ਇਸ ਤਰ੍ਹਾਂ ਕੋਈ 6 ਮਹੀਨੇ ਬਾਅਦ ਕੋਈ ਸਾਲ ਬਾਅਦ ਸਤਿਗੁਰਾਂ ਕੋਲ ਆਉਂਦਾ ਹੈ ਤੇ ਸਾਰੀ ਮਾਇਆ ਭੇਟਾਵਾਂ ਅਰਪਣ ਕਰ ਜਾਂਦਾ ਹੈ। ਲੈ ਕਰ ਤਰਬ ਆਏ ਪੁਨ ਪਾਹੀ, ਤੇ ਫਿਰ ਸਾਰਾ ਧਨ ਲੈ ਕਰਕੇ ਆਉਂਦਾ ਹੈ, ਫਿਰ ਅਰਪਣ ਕਰਦਾ, ਕੋਈ 6 ਮਹੀਨੇ ਆਉਂਦਾ, ਕੋਈ ਸਾਲ ਬਾਅਦ ਆਉਂਦਾ, ਫਿਰ ਆਸੀਸਾਂ ਲੈ ਕਰਕੇ ਵਿਦਾ ਹੋ ਜਾਂਦੇ ਹਨ। ਇਸ ਪ੍ਰਕਾਰ ਸ੍ਰੀ ਤੇਗ ਬਹਾਦਰ, ਇਸ ਪ੍ਰਕਾਰ ਧੰਨ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਬਸਤ ਪਏ ਪਟਨੇ ਪੁਰ ਸਾਦਰ, ਇਸ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਪਣੇ ਇਸ ਮੁਬਾਰਕ ਘਰ ਦੇ ਵਿੱਚ ਬੜੇ ਸਾਦਰ, ਬੜੇ ਸੁੱਖ, ਬੜੇ ਆਨੰਦ ਦੇ ਨਾਲ ਟਿਕੇ ਹੋਏ ਹਨ। ਸਿੱਖੀ ਕੋ ਵਿਸਤਾਰਤ ਮਹਾ, ਤੇ ਦਿਨ ਰਾਤ ਸਤਿਗੁਰੂ ਜੀ ਸਿੱਖੀ ਦਾ ਮਹਾਨ ਵਿਸਤਾਰ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਸਤ ਰਾਮ ਸਿਮਰਤ ਜਹਿ ਕਹਾ, ਤੇ ਜਿੱਥੇ ਕਿੱਥੇ ਵੀ ਗੁਰੂ ਕਾ ਕੋਈ ਸਿੱਖ ਬੈਠਾ ਹੈ ਸਭਨਾਂ ਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਜਹ ਕਹਾਂ, ਫਿਰ ਜਹ ਕਹਾਂ ਇੱਕ ਇਹ ਅਰਥ, ਸਤਿਗੁਰੂ ਜੀ ਜਿੱਥੇ ਵੀ ਹਨ, ਭਾਵੇਂ ਆਪਣੇ ਇਸ ਘਰ ਦੇ ਵਿੱਚ ਦੀਵਾਨ ਲਾ ਕੇ ਬੈਠੇ ਤਾਂ ਵੀ ਸਿਮਰਨ ਕਰ ਰਹੇ ਹਨ, ਜੇ ਆਪਣੇ ਇਸ ਵਿਹੜੇ ਦੇ ਵਿੱਚ ਟਹਿਲਦੇ ਹਨ ਤਾਂ ਵੀ ਸਤਿਗੁਰੂ ਜੀ ਸਿਮਰਨ ਕਰਦੇ, ਜੇ ਕਿਤੇ ਆਪਣੇ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਵੀ ਸਤਿਗੁਰਾਂ ਦੀ ਰਸਨਾ ਜਿਹੜੀ ਉਹ ਸਿਮਰਨ ਉਹ ਬਾਣੀ ਪੜ੍ਹਦੀ ਰਹਿੰਦੀ ਹੈ। ਮਾਤਾ ਨਾਨਕੀ ਦੇਖ ਅਨੰਦਤ, ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਦੇਖ ਕਰਕੇ ਬਹੁਤ ਹਰਖਸ਼ਿਤ ਹਨ, ਬੜੇ ਖੁਸ਼ ਹਨ। ਸੁੱਤ ਸੁੱਤ ਕੇ ਯੁੱਤ ਲਖ ਪ੍ਰਭ ਬੰਦਤ, ਸਭ ਤੋਂ ਵੱਡੀ ਖੁਸ਼ੀ ਕਾਹਦੀ ਹੈ ਕਿ ਸੁੱਤ ਸੁੱਤ ਕੇ ਲੱਖ ਪੁੱਤਰ ਦੇ ਘਰ ਵਿੱਚ ਪੁੱਤਰ ਨੂੰ ਵੇਖ ਕਰਕੇ, ਭਾਵ ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੇਖਦੇ, ਫਿਰ ਉਹਨਾਂ ਦੇ ਘਰ ਵਿੱਚ ਪੁੱਤਰ ਗੋਬਿੰਦ ਰਾਏ ਜੀ ਨੂੰ ਜਦੋਂ ਦੇਖਦੇ ਹਨ, ਪ੍ਰਭ ਬੰਦਨ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰ ਕਰਦੇ ਹਨ। ਵੱਡੇ ਗੁਰਨ ਕੇ ਸਾਚੇ ਬੈਨ, ਮਨ ਦੇ ਵਿੱਚ ਅਰਦਾਸ ਕਰਦੇ ਵੱਡੇ ਗੁਰਨ ਕੇ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜਿਹੜੇ ਬਚਨ ਕਹੇ ਸੀ, ਤੂੰ ਪੋਤਰੇ ਦਾ ਮੁੱਖ ਦੇਖ ਕੇ ਆਏਗੀ, ਸੋ ਵੱਡੇ ਗੁਰੂ ਸਾਹਿਬ ਜੀ ਦੇ ਬਚਨ ਸੱਚ ਹੋਏ ਹਨ। ਭਏ ਬਿਦਤ ਅਬ ਦਿਖੀਅਤ ਨੈਣ, ਆਪਣੇ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਉਹ ਬਚਨ ਅੱਜ ਮੈਂ ਸਫਲ ਹੋਏ ਤੱਕੇ ਹਨ। ਅਨਕ ਵਿਧਨ ਭੋਜਨ ਬਨਵਾਵਹਿ, ਕਈ ਵਿਧੀਆਂ ਦੇ ਨਾਲ ਬਹੁਤ ਸੋਹਣੇ ਭੋਜਨ ਜਿਹੜੇ ਹਨ ਮਾਤਾ ਜੀ ਬਣਾਉਂਦੇ ਹਨ। ਬੈਠ ਸਮੀਪ ਜੁਗਨ ਤ੍ਰਿਪਤਾਵਹਿ, ਤੇ ਜੁਗਨ ਜੁਗਨ ਦਾ ਅਰਥ ਹੁੰਦਾ ਹੈ ਦੋਨੋਂ, ਭਾਵ ਪਿਤਾ ਪੁੱਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਗੋਬਿੰਦ ਰਾਏ ਸਤਿਗੁਰੂ, ਇੰਝ ਦੋਨੋਂ ਬੈਠ ਕਰਕੇ ਪਿਤਾ ਪੁੱਤਰ ਉਸ ਭੋਜਨ ਨੂੰ ਛਕਦੇ ਹਨ, ਦੇਖ ਕਰਕੇ ਮਾਤਾ ਨਾਨਕੀ ਜੀ ਸੰਗਤਾਂ ਸੇਵਾਦਾਰ ਸਾਰੇ ਪ੍ਰਸੰਨ ਹੁੰਦੇ ਹਨ। ਅਧਿਕ ਪਦਾਰਥ ਨਿਤ ਪ੍ਰਤ ਆਵੈ, ਨਿਤਾ ਪ੍ਰਤੀ ਗੁਰੂ ਘਰ ਦੇ ਵਿੱਚ ਅਨੇਕਾਂ ਪਦਾਰਥ ਆ ਰਹੇ ਹਨ। ਚਲ ਹੈ ਦੇਗ ਸਭ ਨਰਕਨ ਖਾਵੈ, ਬੜੇ ਵੱਡੇ ਭੰਡਾਰੇ ਦੇਗ ਚੱਲਦੇ ਹਨ, ਭਾਵ ਗੁਰੂ ਕੇ ਲੰਗਰ ਚੱਲਦੇ ਨੇ, ਹਜ਼ਾਰਾਂ ਸੰਗਤਾਂ ਸਭ ਨਰਨ ਹਰ ਮਨੁੱਖ ਛਕ ਰਿਹਾ ਹੈ। ਕਿਸ ਬਿਦ ਕਮੀ ਰਹਿ ਨਹਿ ਕੋਈ, ਕਵੀ ਸਹਿਬਾਨ ਜੀ ਕਹਿੰਦੇ ਇਹਦੇ ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਕਿਸ ਬਿਦ ਕਮੀ, ਕਿਸ ਪ੍ਰਕਾਰ ਭਲਾ ਕੋਈ ਕਮੀ ਰਹਿ ਜਾਵੇਗੀ। ਜਹ ਬਿਸਰਾਮ ਗੁਰਨ ਕੋ ਹੋਈ, ਜਿਸ ਥਾਂ ਦੇ ਉੱਤੇ ਗੁਰੂ ਸਾਹਿਬ ਜੀ ਦਾ ਵਿਸ਼ਰਾਮ ਹੋਵੇ, ਗੁਰੂ ਸਾਹਿਬ ਟਿਕੇ ਹੋਣ, ਉੱਥੇ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਇਸ ਪ੍ਰਕਾਰ ਬਸ ਕੇਤ ਮਾਸ, ਇਸ ਤਰ੍ਹਾਂ ਕਾਫੀ ਮਹੀਨੇ ਜਿਹੜੇ ਸਨ ਉਹ ਬਤੀਤ ਹੁੰਦੇ ਹਨ। ਸਿੱਖ ਸੰਗਤ ਕੀ ਪੂਰੀ ਆਸ, ਬੇਅੰਤ ਸੰਗਤਾਂ ਸਤਿਗੁਰਾਂ ਦੇ ਕੋਲ ਆਉਂਦੀਆਂ ਨੇ, ਸਭਨਾਂ ਦੀਆਂ ਆਸਾਂ ਮੁਰਾਦਾਂ ਸਾਹਿਬ ਜੀ ਪੂਰੀਆਂ ਕਰ ਰਹੇ ਹਨ। ਕਿਤ ਫਕੀਰ ਤੀਰਥਣ ਮੱਜੇ, ਪੀਰ ਫਕੀਰ ਸਾਧੂ ਸੰਤ ਕਈ ਮਤਾਂ ਮਤਾਂਤਰਾਂ ਦੇ ਜਿਹੜੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਚੱਲਿਆ ਕਰਦੇ ਸੀ, ਕਿਉਂਕਿ ਜਦੋਂ ਸਤਿਗੁਰੂ ਜੀ ਪੰਜਾਬ ਤੋਂ ਚਾਲੇ ਮਾਰਦੇ ਨੇ ਤੇ ਆਪ ਜੀ ਪਿਛਲੇ ਇਤਿਹਾਸ ਪੜ੍ਹ ਕੇ ਦੇਖਿਓ, ਇੱਥੇ ਆਉਣ ਤੱਕ ਵੀ ਸਤਿਗੁਰਾਂ ਦੇ ਨਾਲ ਬੜੇ ਮਤਾਂ ਦੇ ਸਾਧੂ ਜਿਹੜੇ ਸਨ ਉਹ ਨਾਲ ਚੱਲਿਆ ਕਰਦੇ ਸਨ। ਸੋ ਇਸ ਤਰ੍ਹਾਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਇੱਥੋਂ ਅੱਗੇ ਅਸਾਮ ਨੂੰ ਚਾਲੇ ਮਾਰੇ ਨੇ
ਤਾਂ ਉਹ ਸਾਧੂ ਉਹ ਫਕੀਰ ਜਿਹੜੇ ਸਨ ਥੋੜਾ ਅਲੱਗ ਹੋ ਗਏ ਹਨ। ਗੁਰ ਕੇ ਸੰਗ ਫਿਰੇ ਅਗ ਭਜੇ, ਗੁਰੂ ਸਾਹਿਬ ਜੀ ਦੇ ਜਦੋਂ ਨਾਲ ਨਾਲ ਰਹਿੰਦੇ ਸਨ ਤਾਂ ਉਹਨਾਂ ਦੇ ਸਾਰੇ ਪਾਪ ਦੁੱਖ ਦਲਿੱਦਰ ਆਦਿਕ ਨਾਸ਼ ਹੋ ਗਏ ਸਨ। ਬੋਹਰ ਪਿਆ ਨੇ ਜਿਤ ਚਿਤ ਚਾਹੀ, ਫਿਰ ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ, ਕਿਉਂਕਿ ਸਤਿਗੁਰੂ ਹੁਣ ਰਾਜਾ ਰਾਮ ਸਿੰਘ ਦੇ ਨਾਲ ਚੱਲੇ ਨੇ, ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਕਿ ਹੁਣ ਤੁਸੀਂ ਇੱਕ ਦਫ਼ਾ ਜਿੱਧਰ ਨੂੰ ਤੁਹਾਡੇ ਮਨ ਦੀ ਮੌਜ ਹੈ ਤੁਸੀਂ ਚਲੇ ਜਾਓ। ਸੋ ਇੰਝ ਗੁਰੂ ਕਾ ਹੁਕਮ ਪਾ ਕਰਕੇ ਉਹ ਵੱਖ ਵੱਖ ਮਤਾਂ ਮਤਾਂਤਰਾਂ ਦੇ ਸਾਧੂ ਜਿਹੜੇ ਸਨ ਜਿੱਧਰ ਨੂੰ ਕਿਸੇ ਦੇ ਮਨ ਦੀ ਮੌਜ ਬਣੀ ਉੱਧਰ ਨੂੰ ਚਲੇ ਗਏ ਸਨ। ਕੇਤਕ ਰਹੇ ਬਹੁਰ ਗੁਰ ਪਾਹੀ, ਤੇ ਕਈ ਜਿਹੜੇ ਸਨ ਸਤਿਗੁਰਾਂ ਦੇ ਨਜ਼ਦੀਕ ਭਾਵ ਇਸ ਇਲਾਕੇ ਦੇ ਨੇੜੇ ਨੇੜੇ ਰਹੇ ਕਿ ਜਦੋਂ ਸਮਾਂ ਲੱਗੇਗਾ ਅਸੀਂ ਗੁਰੂ ਕੇ ਦੀਦਾਰ ਕਰ ਲਵਾਂਗੇ। ਤਿਮ ਕੇਤਕ ਸਿੱਖ ਸੰਗ ਰਹੇ ਹੈ, ਫਿਰ ਬੇਅੰਤ ਸਿੱਖ ਵੀ ਜਿਹੜੇ ਸਨ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਸਨ। ਕੇਤਕ ਕਰ ਕੋ ਮਿਲਣ ਚਾਹੇ ਹੈ, ਕੁਝ ਸਿੱਖ ਜਿਹੜੇ ਸਨ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਆਪਣੇ ਘਰੇ ਆਪਣੇ ਪਰਿਵਾਰਾਂ ਨੂੰ ਮਿਲਣ ਜਾਣਾ ਹੈ। ਪੰਜਾਬ ਤੋਂ ਜਦੋਂ ਚੱਲੇ ਨੇ ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਨਾਲ ਇੱਥੋਂ ਤੱਕ ਆਈਆਂ, ਸੋ ਉਹ ਵੀ ਕੁਛ ਜਿਹੜੇ ਸਨ ਪਛਾਂਹ ਪਰਤ ਗਏ। ਫਿਰ ਜਦੋਂ ਇੱਧਰੋਂ ਆਸਾਮ ਤੋਂ ਸਤਿਗੁਰੂ ਵਾਪਸ ਆਏ ਨੇ ਉਦੋਂ ਵੀ ਬੇਅੰਤ ਸੰਗਤਾਂ ਸਤਿਗੁਰਾਂ ਦੇ ਨਾਲ ਇੱਥੋਂ ਤੱਕ ਆਈਆਂ, ਸੋ ਕੁਝ ਰੁਕ ਗਏ, ਕਈਆਂ ਨੇ ਆਪਣੇ ਪਿਛਲੇ ਰੁਝੇਵਿਆਂ ਦੀ ਬੇਨਤੀ ਕਰਕੇ ਉਹ ਪਛਾਣ ਨੂੰ ਪਰਤ ਗਏ ਹਨ। ਆਗਿਆ ਲੈ ਪ੍ਰਭ ਕੀ ਸੋ ਗਏ, ਉਹ ਸਾਰੇ ਗੁਰੂ ਕੀ ਆਗਿਆ ਲੈ ਕਰਕੇ ਪਛਾਣ ਮੁੜੇ ਹਨ। ਗੁਰ ਕੋ ਸੰਗ ਮਹਾ ਫਲ ਲਹੇ, ਇਸ ਤਰ੍ਹਾਂ ਸਤਿਗੁਰਾਂ ਦੇ ਦੀਦਾਰ ਕਰਕੇ ਗੁਰੂ ਕੀ ਪ੍ਰਸੰਨਤਾ ਪ੍ਰਾਪਤ ਕਰਕੇ ਮਹਾਨ ਫਲ ਪ੍ਰਾਪਤ ਕੀਤੇ। ਮਤੀ ਦਾਸ ਮਤਵਾਨ ਦੀਵਾਨ, ਇੰਝ ਸਤਿਗੁਰਾਂ ਦਾ ਜੋ ਦੀਵਾਨ ਸੀ ਜਿਸ ਦੇ ਕੋਲ ਸਾਰਾ ਮਾਇਆ ਦਾ ਪ੍ਰਬੰਧ ਹੁੰਦਾ ਸੀ, ਸਾਰਾ ਜਿਸ ਦੇ ਹੱਥ ਵਿੱਚੋਂ ਸਾਰਾ ਵਿਵਹਾਰ ਚੱਲਦਾ ਸੀ, ਉਹ ਗੁਰੂ ਕਾ ਪਿਆਰਾ ਸਿੱਖ ਜਿਸ ਨੇ ਸਤਿਗੁਰਾਂ ਦੇ ਸਾਹਮਣੇ ਸ਼ਹਾਦਤ ਦਾ ਜੰਮ ਪੀਤਾ ਅਤੇ ਸ਼ਬਦ ਕਿਹਾ ਕਿ ਜੇ ਇਹ ਪੁੱਛਦੇ ਹੋ ਕਿ ਤੇਰੀ ਆਖਰੀ ਇੱਛਾ ਕੀ ਹੈ, ਤਾਂ ਬਸ ਆਖਰੀ ਇੱਛਾ ਇਹੀ ਹੈ ਕਿ ਜਦੋਂ ਮੇਰੇ ਸੀਸ ਦੇ ਉੱਤੇ ਆਰਾ ਚੱਲੇ ਮੇਰਾ ਮੁੱਖ ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੱਲ ਹੋਣਾ ਚਾਹੀਦਾ। ਸੋ ਸਿੱਖ ਦੀ ਇਹ ਇੱਛਾ ਜ਼ਰੂਰ ਹੋਵੇ। ਇੱਕ ਬੇਨਤੀ ਆਪ ਜੀ ਨੂੰ ਕਰਾਂ ਕਿ ਦੇਖੋ ਜ਼ਿੰਦਗੀ ਦੇ ਅੰਦਰ ਬਹੁਤ ਕੁਛ ਅਸੀਂ ਗੁਰੂ ਤੋਂ ਮੰਗਦੇ ਹਾਂ, ਪਰ ਇਹ ਜ਼ਰੂਰ ਮੰਗੋ ਉਹਦੇ ਵਿੱਚ ਗੁਰੂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੋ ਜਾਏਗੀ। ਜੇ ਮੇਰੇ ਮਨ ਨੂੰ ਪੁੱਛ ਕੇ ਦੇਖੋ ਤਾਂ ਮੈਂ ਇਹ ਕਹਾਂਗਾ ਆਪ ਜੀ ਨੂੰ ਕਿ ਜੇ ਇਹ ਚੀਜ਼ ਕਦੀ ਗੁਰੂ ਤੋਂ ਮੰਗ ਲਓ ਨਾ, ਤਾਂ ਤੁਹਾਨੂੰ ਇਹ ਨਹੀਂ ਕਹਿਣਾ ਪਏਗਾ ਕਿ ਸਤਿਗੁਰੂ ਸਾਨੂੰ ਨਿਤਨੇਮ ਦੀ ਦਾਤ ਦੇਈਂ, ਸਾਨੂੰ ਉੱਚਾ ਜੀਵਨ ਦੇਈਂ, ਸਾਨੂੰ ਇਹ ਬਖਸ਼ਿਸ਼ਾਂ ਦੇਈਂ। ਉਹ ਸਾਰਾ ਕੁਛ ਜਿਹੜਾ ਗੁਰੂ ਨੂੰ ਆਪ ਦੇਣਾ ਪਵੇਗਾ। ਉਹ ਪਤਾ ਕੀ ਹੈ, ਜਿਵੇਂ ਆਪ ਜੀ ਇੱਕ ਇਸ਼ਾਰਾ ਸਮਝਿਓ ਇਤਿਹਾਸ ਦੇ ਅੰਦਰ ਗਾਥਾ ਸੁਣਦੇ, ਕੁਮਾਈ ਦੇ ਨੇਤਰ ਨਹੀਂ ਸੀ, ਜਦੋਂ ਉਹਨੂੰ ਪੁੱਛਿਆ ਕਿ ਮੰਗ, ਉਹਦੇ ਘਰੇ ਕੁਛ ਵੀ ਨਹੀਂ ਸੀ, ਸਿਰਫ ਇਸ਼ਾਰਾ, ਉਹ ਸ਼ਬਦ ਕਹਿੰਦੀ ਹੈ ਮੈਂ ਆਪਣੀਆਂ ਅੱਖਾਂ ਦੇ ਨਾਲ ਸੋਨੇ ਦੀ ਮਧਾਣੀ ਨਾਲ ਆਪਣੀ ਨੂੰਹ ਨੂੰ ਦੁੱਧ ਰਿੜਕਦਿਆਂ ਹੋਇਆਂ ਦੇਖਣਾ ਚਾਹੁੰਦੀ ਹਾਂ। ਅਤੇ ਉਹਨੇ ਇੱਕ ਸ਼ਬਦ ਦੇ ਵਿੱਚ ਸਾਰਾ ਕੁਛ ਮੰਗ ਲਿਆ। ਸੋ ਮੇਰੇ ਮਨ ਦਾ ਇੱਕ ਖਿਆਲ ਹੈ ਆਪ ਜੀ ਨੂੰ ਬੇਨਤੀ ਰੂਪ ਅੰਦਰ, ਇਹ ਮੰਗਿਆ ਕਰੋ ਕਿ ਸਤਿਗੁਰੂ ਜੀ ਆਖਰ ਇਹ ਸਰੀਰ ਹੈ, ਇੱਕ ਦਿਨ ਆਖਿਰਲਾ ਸਾਹ ਤਾਂ ਅਸੀਂ ਸਾਰਿਆਂ ਨੇ ਲੈਣਾ ਹੈ, ਪਰ ਸਤਿਗੁਰੂ ਕਿਰਪਾ ਕਰਿਓ ਜਿਸ ਦਿਨ ਜ਼ਿੰਦਗੀ ਦਾ ਅਖੀਰਲਾ ਸਾਹ ਹੋਵੇ ਤੁਹਾਡੀ ਗੋਦ ਦੇ ਵਿੱਚ ਨਿਕਲ ਜਾਵੇ। ਜਦੋਂ ਇਹ ਦਾਤ ਮੰਗੋਗੇ ਨਾ, ਹੁਣ ਗੁਰੂ ਕੀ ਗੋਦ ਵਿੱਚ ਆਖਿਰਲਾ ਸਾਹ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਹਦੇ ਵਾਸਤੇ ਬੜਾ ਉੱਚਾ ਜੀਵਨ ਚਾਹੀਦਾ, ਬਹੁਤ ਚੰਗੇ ਭਾਗ, ਬੜੀ ਕਮਾਈ, ਬੜੀ ਕਥਨੀ ਅਤੇ ਕਰਨੀ ਦੇ ਮਾਲਕ ਹੋਣਾ ਪਏਗਾ। ਜਦੋਂ ਇਹ ਅਰਦਾਸ ਲਗਾਤਾਰ ਕਰਦੇ ਰਹੋਗੇ ਫਿਰ ਗੁਰੂ ਦੀ ਜ਼ਿੰਮੇਵਾਰੀ ਬਣੇਗੀ, ਗੁਰੂ ਆਪਣੇ ਆਪ, ਜਦੋਂ ਗੁਰੂ ਨੇ ਇਹ ਅਰਦਾਸ ਪ੍ਰਵਾਨ ਕਰ ਲਈ ਫਿਰ ਉਹ ਆਪਣੇ ਆਪ ਤੁਹਾਡਾ ਇਸ ਤਰ੍ਹਾਂ ਦਾ ਜੀਵਨ ਬਣਾਏਗਾ ਕਿ ਵਾਕਿਆ ਹੀ ਜਿਸ ਦਿਨ ਇਹ ਜੀਵਨ ਬਣੇਗਾ ਤੁਹਾਡਾ ਅਖੀਰਲਾ ਸਾਹ ਗੁਰੂ ਕੀ ਗੋਦ 'ਚ ਨਿਕਲੇ। ਸੋ ਇਹਨੂੰ ਗਹਿਰਾਈ ਦੇ ਵਿੱਚ ਜਾ ਕੇ ਕਦੀ ਸਮਝ ਕੇ ਦੇਖੋ ਇਸ ਬੇਨਤੀ ਨੂੰ। ਖੈਰ ਇਹ ਉਹ ਗੁਰੂ ਕਾ ਪਿਆਰਾ ਜਿਹਨੇ ਕਿਹਾ ਸੀ ਜਦੋਂ ਸੀਸ 'ਤੇ ਆਰਾ ਚੱਲੇ ਮੇਰਾ ਮੁੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਹੋਵੇ। ਉਹ ਸਤਿਗੁਰਾਂ ਦਾ ਪਿਆਰਾ ਭਾਈ ਮਤੀ ਦਾਸ ਗੁਰੂ ਘਰ ਦਾ ਦੀਵਾਨ ਹੈ। ਆਮਦ ਖਰਚ ਸੰਭਾਰਨ ਠਾਨ, ਜਿਤਨੀ ਸੰਗਤਾਂ ਵੱਲੋਂ ਆਮਦ ਆਉਂਦੀ ਹੈ, ਧਨ ਆਉਂਦਾ ਹੈ, ਜਿੰਨਾ ਖਰਚ ਹੁੰਦਾ ਉਹ ਸਾਰਾ ਲੇਖਾ ਜੋਖਾ ਕਰਦਾ ਹੈ। ਦੋਹਰਾ ਕਿਤਕ ਮਾਸ ਸ੍ਰੀ ਸਤਿਗੁਰੂ ਪਟਨੇ ਵਿਖੇ ਬਿਤਾਏ, ਕਾਫੀ ਮਹੀਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਟਨਾ ਸਾਹਿਬ ਦੀ ਇਸ ਪਾਵਨ ਧਰਤੀ ਤੇ ਬਤੀਤ ਕੀਤੇ। ਗਮਨੈ ਅਬ ਪੰਜਾਬ ਕੋ ਔਰ ਅਬ ਲੱਖ ਉਠਾਏ, ਮੇਰੇ ਸਤਿਗੁਰਾਂ ਨੇ
ਉਠਾਏ ਆਪਣੇ ਆਪ ਆਪਣੇ ਹਿਰਦੇ ਵਿੱਚ ਇਹ ਅਭਿਲਾਖਾ ਇਹ ਜਗਿਆਸਾ ਇਹ ਇੱਛਾ ਪੈਦਾ ਕੀਤੀ ਹੈ ਕਿਉਂਕਿ ਗੁਰੂ ਕਿਸੇ ਦੇ ਹੁਕਮ ਦਾ ਨਹੀਂ ਬੱਜਾ ਗੁਰੂ ਦੇ ਅੰਦਰ ਕੋਈ ਹੁਕਮ ਨਹੀਂ ਪੈਦਾ ਕਰਦਾ ਆਪਣੇ ਆਪ ਇਹ ਅਭਿਲਾਸ਼ਾ ਪੈਦਾ ਕੀਤੀ ਕਿ ਹੁਣ ਪੰਜਾਬ ਨੂੰ ਚਾਲੇ ਮਾਰਨੇ ਚਾਹੀਦੇ ਹਨ ਜੋ ਪਈ ਮਾਤ ਨਾਨਕੀ ਸੋ ਤਬ ਕਹਿਓ ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਆ ਕਰਕੇ ਕਿਹਾ ਹੈ ਹਮ ਪ੍ਰਸਥਾਨ ਆਪਣੋ ਲਹਿਓ ਕਿ ਮਾਤਾ ਜੀ ਅਸੀਂ ਹੁਣ ਆਪਣੇ ਮਨ ਦੇ ਨਾਲ ਇੱਕ ਸਲਾਹ ਕੀਤੀ ਹੈ ਕਿ ਅਸੀਂ ਹੁਣ ਪਟਨਾ ਸਾਹਿਬ ਤੋਂ ਨਾ ਪ੍ਰਸਥਾਨ ਇੱਥੋਂ ਹੁਣ ਚਾਲੇ ਮਾਰਾਂਗੇ ਬੜੋ ਦੇਸ਼ ਪੰਜਾਬ ਹਮਾਰਾ ਕਿੱਧਰ ਜਾਓਗੇ ਤਾਂ ਸਤਿਗੁਰੂ ਕਹਿਣ ਲੱਗੇ ਸਾਡਾ ਬਹੁਤ ਵੱਡਾ ਦੇਸ਼ ਹੈ ਜਿਹੜਾ ਪੰਜਾਬ ਹੈ ਕਿਉਂਕਿ ਕਦੇ ਪੰਜਾਬ ਬਹੁਤ ਵੱਡਾ ਹੁੰਦਾ ਸੀ ਕਦੀ ਉਹਦਾ ਨਕਸ਼ਾ ਵੇਖਿਓ ਸੁੰਗੜਦਾ ਬਹੁਤ ਛੋਟਾ ਜਿਹਾ ਰਹਿ ਗਿਆ ਖੈਰ ਇੱਥੇ ਗੁਰੂ ਹੁਣ ਕਿਰਪਾ ਕਰ ਦੇਵੇ ਇਸ ਤੋਂ ਅਗਾਂਹ ਨਾ ਸੁੰਗੜ ਜੇ ਕਿਤੇ ਪਰ ਬਹੁਤ ਵੱਡਾ ਸੀ ਕਦੀ ਪੰਜਾਬ ਸੋ ਸਾਹਿਬ ਕਹਿੰਦੇ ਸਾਡਾ ਬਹੁਤ ਵੱਡਾ ਬੜਾ ਪਿਆਰਾ ਦੇਸ਼ ਸਾਡਾ ਪੰਜਾਬ ਹੈ ਤਿਆਗਿਓ ਬੀਤਿਓ ਸਮਾਂ ਉਦਾਰਾ ਤੇ ਉਹਨੂੰ ਤਿਆਗਿਆ ਹੋਇਆ ਕਾਫੀ ਸਮਾਂ ਜਿਹੜਾ ਸਾਡਾ ਨਿਕਲ ਗਿਆ ਹੈ ਕਸਮਤ ਇਤ ਹੈ ਬਿਤਾਏ ਕਾਫੀ ਮਹੀਨੇ ਜਿਹੜੇ ਇੱਥੇ ਰਹਿੰਦਿਆਂ ਸਾਨੂੰ ਬਤੀਤ ਹੋ ਗਏ ਨੇ ਇਸ ਤੋਂ ਪਹਿਲਾਂ ਪੂਰਬ ਵਾਲੇ ਪਾਸੇ ਕਈ ਸਾਲ ਬਤੀਤ ਹੋ ਗਏ ਹਨ ਪੂਰਬ ਬਸੇ ਅਧਿਕ ਸੁਖ ਪਾਏ ਪੂਰਬ ਵਾਲੇ ਪਾਸੇ ਵੀ ਬਹੁਤ ਲੰਬੇਰਾ ਸਮਾਂ ਅਸੀਂ ਰਹੇ ਬਹੁਤ ਸੁਖ ਦਿੱਤਾ ਅਕਾਲ ਪੁਰਖ ਪਰਮੇਸ਼ਰ ਨੇ ਉਸ ਕਾਮਰੂਪ ਦੇਸ਼ ਉਸ ਆਸਾਮ ਵਾਲੇ ਪਾਸੇ ਇੱਥੇ ਵੀ ਟਿਕੇ ਹਾਂ ਬੜਾ ਸੁਖ ਹੈ ਕਰਤਾ ਪੁਰਖ ਦਾ ਅਬ ਆਨੰਦਪੁਰ ਦੇਖ ਜਾਈ ਫਿਰ ਵੀ ਮਾਤਾ ਜੀ ਹੁਣ ਮਨ ਦੇ ਅੰਦਰ ਇਹ ਖਿਆਲ ਬਣਦਾ ਹੈ ਕਿ ਇੱਕ ਦਫ਼ਾ ਜਾ ਕਰਕੇ ਆਨੰਦਪੁਰ ਨੂੰ ਦੇਖ ਆਈਏ ਦੇਖ ਲਈਏ ਇੱਕ ਵਾਰ ਜਾ ਕੇ ਪਰ ਇੱਥੇ ਮੈਂ ਇੱਕ ਬੇਨਤੀ ਫਿਰ ਆਪ ਜੀ ਨੂੰ ਕਰਾਂ ਗੁਰੂ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਮਾਲਕ ਹਨ ਸਾਰੀ ਸ੍ਰਿਸ਼ਟੀ ਉਹਨਾਂ ਦੇ ਹੁਕਮ ਵਿੱਚ ਚੱਲਦੀ ਪਈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਫਿਰ ਵੀ ਜੇ ਕੁਛ ਕਰਨਾ ਹੈ ਕਿਸੇ ਪਾਸੇ ਨੂੰ ਚਾਲੇ ਮਾਰਨੇ ਨੇ ਕੁਛ ਵੀ ਕਰਨਾ ਹੈ ਤਾਂ ਆਪਣੀ ਮਾਤਾ ਦੀ ਸਲਾਹ ਲੈ ਕੇ ਤੁਰਦੇ ਪਏ ਨੇ ਇਹ ਮੈਂ ਤਾਂ ਬੇਨਤੀ ਕਰਾਂ ਜੋ ਅੱਜ ਸਮੇਂ ਦੇ ਹਾਲਾਤ ਬਣ ਚੁੱਕੇ ਨੇ ਥੋੜ੍ਹਾ ਜਿਹਾ ਕਿਤੇ ਪੈਰਾਂ 'ਤੇ ਬੰਦਾ ਖੜਾ ਹੋ ਜਾਏ ਅਤੇ ਮਾਤਾ ਪਿਤਾ ਨੂੰ ਕਹਿੰਦਾ ਤੁਹਾਨੂੰ ਨਹੀਂ ਅਕਲ ਹੈਗੀ ਸਾਨੂੰ ਪਤਾ ਕੀ ਕਰਨਾ ਸਾਨੂੰ ਪਤਾ ਸਮਾਜ 'ਚ ਕਿਵੇਂ ਰਹਿਣਾ ਤੁਸੀਂ ਸਾਨੂੰ ਕੀ ਸਲਾਹਾਂ ਦਿਓਗੇ ਤੁਸੀਂ ਬੁੱਢੇ ਹੋ ਗਏ ਹੋ ਤੁਹਾਡੀ ਮੱਤ ਨਹੀਂ ਹੁਣ ਕੰਮ ਕਰਦੀ ਸੋ ਇੰਝ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ ਜੋ ਵੀ ਸੁਣਦਾ ਦੇਖਦਾ ਕਿ ਭਾਵੇਂ ਕਿਸੇ ਮੁਕਾਮ 'ਤੇ ਪਹੁੰਚੋ ਕਿਸੇ ਤਰ੍ਹਾਂ ਦੀ ਅਵਸਥਾ ਬਣੇ ਮਾਤਾ ਪਿਤਾ ਦੇ ਹੁਕਮ ਤੋਂ ਕਦੀ ਬਾਹਰ ਨਾ ਹੋਵੋ ਸੋ ਇੰਝ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪੁੱਛਦੇ ਨੇ ਮਾਤਾ ਜੀ ਮਨ ਦਾ ਖਿਆਲ ਬਣਦਾ ਕਿ ਇੱਕ ਦਫ਼ਾ ਆਨੰਦਪੁਰ ਚਲੇ ਜਾਵਾਂ ਜੋ ਆਵਤ ਹਮ ਦਿਓ ਬਸਾਈ ਜੋ ਪਾਵਨ ਨਗਰੀ ਉਹ ਆਨੰਦਾਂ ਦੀ ਪੁਰੀ ਉਹ ਪਾਵਨ ਧਰਤੀ ਜਦੋਂ ਅਸੀਂ ਇੱਧਰ ਨੂੰ ਆਉਣ ਲੱਗੇ ਸੀ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਅਸੀਂ ਉਹ ਨਗਰ ਵਸਾਇਆ ਸੀ ਤਿਸ ਹੈ ਬਸਾਵਨ ਕਰ ਹੈ ਵਿਸਾਲਾ ਤੇ ਫਿਰ ਤਿਸ ਹੈ ਬਸਾਵਨ ਉਹਨੂੰ ਬਹੁਤ ਵਿਸ਼ਾਲ ਰੂਪ ਦੇ ਅੰਦਰ ਅਸੀਂ ਵਸਾਇਆ ਅਤੇ ਇੱਧਰ ਆਉਣ ਲੱਗਿਆਂ ਅਸੀਂ ਉਹਨੂੰ ਵਿਸਾਰ ਆਏ ਹਾਂ ਉਹਨੂੰ ਛੱਡ ਆਏ ਹਾਂ ਦੇਖਿਓ ਬੀਤਿਓ ਚਿਰ ਕਾਲਾ ਤੇ ਕਾਫੀ ਚਿਰ ਕਾਲ ਬੀਤ ਗਿਆ ਹੈ ਕਾਫੀ ਲੰਬਾ ਅਰਸਾ ਬੀਤ ਗਿਆ ਹੈ ਅਸੀਂ ਆਪਣੇ ਉਸ ਨਗਰ ਉਸ ਆਨੰਦਪੁਰ ਨੂੰ ਨਹੀਂ ਦੇਖਿਆ ਹੋਰ ਕੀ ਸਾਰ ਸੰਭਾਲ ਜਾਏ ਅਸੀਂ ਚਾਹੁੰਦੇ ਹਾਂ ਜਾ ਕਰਕੇ ਉਸ ਨਗਰ ਦੀ ਸਾਰ ਸੰਭਾਲਣਾ ਹੋਵੇ ਹਾਂ ਆਨੰਦਪੁਰ ਸ਼ਬਦ ਮੈਂ ਵਰਤਿਆ ਜ਼ਰੂਰ ਹੈ ਪਰ ਉਸ ਵਕਤ ਉਸ ਪਾਵਨ ਨਗਰ ਦਾ ਨਾਂ ਚੱਕ ਨਾਨਕੀ ਹੈ ਪਰ ਸਤਿਗੁਰੂ ਜੀ ਜੋ ਇਸ਼ਾਰਾ ਦਿੰਦੇ ਨੇ ਉਸ ਪਾਵਨ ਨਗਰ ਵੱਲ ਜ਼ਿਆਦਾ ਅੱਜ ਆਪਾਂ ਆਨੰਦਪੁਰ ਸਾਹਿਬ ਕਰਕੇ ਹੀ ਉਸ ਨਗਰ ਧਰਤੀ ਨੂੰ ਜਾਣਦੇ ਹਾਂ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅਸੀਂ ਜਾ ਕਰਕੇ ਉਹਦੀ ਇੱਕ ਵਾਰ ਸਾਰ ਸੰਭਾਲਣਾ ਕਰਨੀ ਚਾਹੁੰਦੇ ਹਾਂ ਹਿਮ ਸੋਨਾ ਮਾਤ ਦ੍ਰਿਗਨ ਜਲ ਆਏ ਇਹਨਾਂ ਸ਼ਬਦ ਸੁਣਨ ਦੀ ਦੇਰ ਸੀ ਮਾਤਾ ਨਾਨਕੀ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਹੈ ਕੇਤਕ ਸੰਮਤ ਪ੍ਰਥਮ ਬਿਤਾਏ ਪੁੱਤਰ ਜੀ ਕਿੰਨਾ ਲੰਬਾ ਸਮਾਂ ਜਿਹੜਾ ਸੀ ਤੁਸੀਂ ਪਹਿਲਾਂ ਹੀ ਸਾਡੇ ਤੋਂ ਦੂਰ ਬਤੀਤ ਕੀਤਾ ਹੈ ਵਿਛੜ ਰਹੇ ਪੂਰਬ ਦਿਸ ਜਾਏ ਕਿੰਨਾ ਸਮਾਂ ਤੁਸੀਂ ਪੂਰਬ ਵਾਲੇ ਆਸਾਮ ਵਾਲੇ ਪਾਸੇ ਤੇ ਰਹੇ ਸਰੀਰਕ ਤੌਰ ਤੇ ਸਾਡੇ ਅਤੇ ਤੁਹਾਡਾ ਵਿਛੋੜਾ ਪਿਆ ਰਿਹਾ ਹੈ ਚਿਰੰਕਾਲ ਮੈਂ ਦਰਸ਼ਨ ਦੀਨਾ ਬਹੁਤ ਲੰਬੇਰਾ ਅਰਸਾ ਤੁਹਾਡੇ ਦਰਸ਼ਨਾਂ ਦੀ ਪੁੱਤਰ ਦੇ ਦਰਸ਼ਨਾਂ ਦੀ ਗੁਰੂ ਕੇ ਦਰਸ਼ਨਾਂ ਦੀ ਤਾਂਘ ਰੱਖ ਕੇ ਬੈਠੀ ਰਹੀ
ਅਤੇ ਲੰਬੇ ਰਹੇ ਅਰਸੇ ਤੋਂ ਬਾਅਦ ਮੇਰੀ ਭਾਵਨਾ ਨੂੰ ਕਿਤੇ ਬੂਰ ਪਿਆ, ਇਹਨਾਂ ਨੇਤਰਾਂ ਨੇ ਤੁਹਾਡੇ ਦੀਦਾਰ ਕੀਤੇ ਪਰ ਕੁਝ ਕੁ ਮਹੀਨੇ ਟਿਕੇ ਅਤੇ ਤੁਸੀਂ ਫਿਰ ਚਾਲੇ ਮਾਰਨ ਲੱਗੇ ਹੋ। ਆਪੁਨ ਚਹੋ ਪਿਆਨੋ ਕੀ ਨਾ, ਹੁਣ ਤੁਸੀਂ ਫਿਰ ਚਾਹੁੰਦੇ ਹੋ ਕਿ ਸਾਨੂੰ ਸਰੀਰਕ ਤੌਰ ਤੇ ਛੱਡ ਕੇ ਸਾਡੇ ਤੋਂ ਦੂਰ ਜਾਣਾ ਚਾਹੁੰਦੇ ਹੋ। ਦੇਖਣ ਕੋ ਤਰ ਸਤਚਿਤ ਰਹੇ, ਅਸੀਂ ਤਾਂ ਸਦਾ ਤੁਹਾਨੂੰ ਆਪਣੇ ਨੇਤਰਾਂ ਦੇ ਨਾਲ ਦੇਖਣਾ ਚਾਹੁੰਦੇ ਹਾਂ, ਦੀਦਾਰ ਕਰਨਾ ਚਾਹੁੰਦੇ ਹਾਂ। ਤੁਮ ਬਿਨ ਕਿਮਤੀ ਰਜ ਉਰ ਲਹੇ, ਤੁਹਾਡੇ ਤੋਂ ਬਿਨਾਂ ਸਾਡਾ ਹਿਰਦਾ ਜਿਹੜਾ ਉਹ ਭਲਾ ਕਿਵੇਂ ਧੀਰਜ ਧਾਰਨ ਕਰੇਗਾ। ਸੁਣ ਸਤਿਗੁਰ ਮਿਰਧੂ ਬਾਕ ਬਖਾਨੇ, ਸਤਿਗੁਰਾਂ ਨੇ ਜਦੋਂ ਮਾਤਾ ਦੇ ਇਹ ਬੋਲ ਇਹ ਪਾਵਨ ਮਿੱਠੇ ਬਚਨ ਜਦੋਂ ਸੁਣੇ ਤਾਂ ਮਿਰਧੂ ਬਾਕ ਬਖਾਨੇ ਬੜੇ ਪਿਆਰ ਦੇ ਨਾਲ ਅੱਗੋਂ ਮਾਤਾ ਨੂੰ ਫਿਰ ਕਹਿਣ ਲੱਗੇ, ਹਮ ਪੰਜਾਬ ਅਬ ਕਰ ਹੈ ਪਿਆਨੇ। ਨਹੀਂ ਮਾਤਾ ਜੀ, ਤੁਹਾਡਾ ਹੁਕਮ ਸਿਰ ਮੱਥੇ ਤੇ ਹੈ ਕਿ ਬੜੇ ਲੰਬੇ ਅਰਸੇ ਬਾਅਦ ਮਿਲਾਪ ਹੋਇਆ, ਪਰ ਫਿਰ ਵੀ ਕੁਝ ਕਾਰਨ ਕੁਝ ਰੁਝੇਵੇਂ ਹਨ, ਕੁਝ ਉਸ ਨਗਰ ਦੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਹਨ, ਸਾਨੂੰ ਪੰਜਾਬ ਜਾਣਾ ਪਵੇਗਾ। ਤਹਾਂ ਬਸੈ ਜਬ ਕੇਤਕ ਕਾਲ, ਹਾਂ ਅਸੀਂ ਤੁਹਾਡੇ ਨਾਲ ਇਹ ਵਚਨ ਕਰਦੇ ਹਾਂ ਜੇ ਤੁਸੀਂ ਕਹਿੰਦੇ ਹੋ ਵਿਛੋੜਾ ਪੈ ਜਾਣਾ। ਸਭ ਕਹਿੰਦੇ ਉਸੇ ਕੁਛ ਕੁ ਸਮਾਂ ਕੁਝ ਕੁ ਮਹੀਨੇ ਜਦੋਂ ਅਸੀਂ ਟਿਕ ਜਾਵਾਂਗੇ ਤਾਂ ਕਰ ਹੈ ਪਠਾਵਣ ਸੁਧ ਦਰ ਹਾਲ, ਫਿਰ ਤਤਕਾਲ ਦਰ ਹਾਲ ਬੜੀ ਛੇਤੀ ਬੜੀ ਜਲਦੀ ਕਰ ਹੈ ਪਠਾਵਣ ਸੁਧ, ਭਾਵ ਅਸੀਂ ਖਬਰ ਭੇਜਾਂਗੇ ਤੁਹਾਨੂੰ ਚਿੱਠੀ ਭੇਜਾਂਗੇ, ਪਹਿਲਾਂ ਅਸੀਂ ਜਾਂਦੇ ਹਾਂ ਜਾ ਕੇ ਉੱਥੋਂ ਦੇ ਹਾਲਾਤ ਦੇਖਦੇ ਹਾਂ ਉਸ ਨਗਰੀ ਨੂੰ ਦੇਖਦੇ ਹਾਂ, ਜਦੋਂ ਸਾਰਾ ਪ੍ਰਬੰਧ ਸਹੀ ਹੋ ਜਾਏਗਾ ਸਭ ਕੁਝ ਠੀਕ ਹੋ ਜਾਏਗਾ ਫਿਰ ਅਸੀਂ ਤੁਹਾਨੂੰ ਚਿੱਠੀ ਪਾ ਕੇ ਬੜੀ ਛੇਤੀ ਅਸੀਂ ਤੁਹਾਨੂੰ ਆਪਣੇ ਕੋਲ ਬੁਲਾ ਲਵਾਂਗੇ। ਇਤਨੇ ਮੈਂ ਇਹ ਸਾਹਿਬ ਜਾਤਾ, ਤੇ ਇਸ਼ਾਰਾ ਕਰਦੇ ਨੇ ਗੋਬਿੰਦ ਰਾਏ ਜੀ ਵੱਲ, ਕਹਿੰਦੇ ਇੰਨੀ ਦੇਰ ਨੂੰ ਨਾ ਫਿਰ ਸਾਡਾ ਇਹ ਜੋ ਸਾਹਿਬ ਜਾਦਾ ਹੈ ਗੋਬਿੰਦ ਰਾਏ, ਵੱਧ ਹੈ ਸਰੀਰ ਓਜ ਹੋਏ ਜਾਦਾ, ਨਾਲੇ ਇਹਦਾ ਉਦੋਂ ਤੱਕ ਸਰੀਰ ਵੱਧ ਜਾਏਗਾ, ਹੋਰ ਉਮਰ ਹੋਰ ਹੋ ਜਾਏਗੀ ਤੇ ਸਰੀਰ ਦੇ ਵਿੱਚ ਹੋਰ ਜ਼ਿਆਦਾ ਓਜ ਬਲ ਪ੍ਰਤਾਪ ਆ ਜਾਏਗਾ। ਤਬਲੇ ਕਰਨੇ ਜ ਸੰਗ ਸੁਖਾਰੇ, ਫਿਰ ਤੁਸੀਂ ਹੁਣ ਛੋਟੀ ਉਮਰ ਹੈ ਲੰਬੇ ਰਹੇ ਸਫ਼ਰ ਨੇ, ਮੌਸਮ ਵੀ ਕਈ ਤਰ੍ਹਾਂ ਦੇ ਹਨ, ਸੋ ਜਿਵੇਂ ਅੱਜ ਵੀ ਆਪਾਂ ਕਹਿੰਦੇ ਬੱਚਿਆਂ ਨੂੰ ਸਫ਼ਰ ਵਿੱਚ ਲਿਜਾਣਾ ਔਖਾ ਹੈ, ਸੋ ਸਾਹਿਬ ਕਹਿੰਦੇ ਉਦੋਂ ਤੱਕ ਇਹਨਾਂ ਦੀ ਆਰਬਲਾ ਵੀ ਹੋਰ ਹੋ ਜਾਏਗੀ, ਸਰੀਰ ਵੀ ਬਲਸ਼ਾਲੀ ਹੋ ਜਾਏਗਾ, ਉਦੋਂ ਫਿਰ ਤੁਸੀਂ ਇਹਨਾਂ ਨੂੰ ਸਾਡੇ ਸਾਰੇ ਪਰਿਵਾਰ ਨੂੰ ਨਾਲ ਲੈ ਕਰਕੇ ਅਤੇ ਤੁਸੀਂ ਸਾਡਾ ਹੁਕਮ ਚਿੱਠੀ ਪ੍ਰਾਪਤ ਕਰਕੇ ਪੰਜਾਬ ਚਾਲੇ ਮਾਰ ਦਿਓ। ਉਤਕੋ ਆਬ ਬਿਲਮ ਬਿਸਾਰੇ, ਫਿਰ ਉਤਕੋ ਭਾਵ ਅਸੀਂ ਉੱਥੇ ਹੋਵਾਂਗੇ ਤੇ ਤੁਸੀਂ ਬਿਨਾਂ ਕੋਈ ਦੇਰੀ ਕੀਤੇ ਤੋਂ ਉਧਰ ਨੂੰ ਆ ਜਾਣਾ ਕਰਿਓ। ਇਸੀ ਹੇਤ ਹਮ ਕਰ ਪਿਆਨਾ, ਅਸੀਂ ਇਸੇ ਹੇਤ ਇਸੇ ਗੱਲ ਨੂੰ ਮੁੱਖ ਰੱਖ ਕੇ ਤਾਂ ਪਹਿਲਾਂ ਜਾ ਰਹੇ ਹਾਂ ਵੀ ਪਹਿਲਾਂ ਜਾ ਕੇ ਅਸੀਂ ਸਾਰਾ ਕੁਛ ਉੱਥੇ ਮਾਹੌਲ ਦੇਖੀਏ, ਕਿਉਂਕਿ ਬੜਾ ਕੁਛ ਹੋਇਆ ਸੀ ਆਪਣੇ ਚੱਲਣ ਤੋਂ ਪਹਿਲਾਂ ਉੱਥੇ, ਸੋ ਅਸੀਂ ਪਹਿਲਾਂ ਜਾ ਕੇ ਸਾਰਾ ਪ੍ਰਬੰਧ ਕਰ ਦੇਵਾਂਗੇ ਫਿਰ ਤੁਹਾਨੂੰ ਚਿੱਠੀ ਪਾਵਾਂਗੇ ਫਿਰ ਤੁਸੀਂ ਆ ਜਿਓ, ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਤਾਂ ਪਹਿਲਾਂ ਜਾਣਾ ਚਾਹੁੰਦੇ ਹਾਂ। ਲਘੂ ਗੁਰ ਸੰਗ ਬਸੋ ਨਿਜ ਥਾਨਾ, ਤੇ ਲਘੂ ਗੁਰ ਸੰਗ ਲਘੂ ਗੁਰ ਭਾਵ ਛੋਟੇ ਗੁਰੂ, ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਵੀ ਛੋਟੇ ਗੁਰੂ ਭਾਵ ਗੋਬਿੰਦ ਰਾਏ ਜੀ ਦੇ ਨਾਲ ਤੁਸੀਂ ਇੱਥੇ ਟਿਕਣਾ ਕਰੋ। ਕਹੈ ਮਾਤ ਉਤ ਅਦਕ ਬਖੇਰੇ, ਫਿਰ ਮਾਤਾ ਜੀ ਅੱਗੋਂ ਕਹਿਣ ਲੱਗੇ ਮਾਤਾ ਨਾਨਕੀ ਜੀ ਕਿ ਪੁੱਤਰ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਉਤ ਅਧਿਕ ਬਖੇਰੇ, ਉਤ ਭਾਵ ਉਧਰਲੇ ਪਾਸੇ ਉਸ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦਾ ਬਖੇੜੇ ਝਗੜੇ ਪਏ ਹੋਏ ਹਨ। ਅਲਪ ਬੈਸ ਮੈਂ ਤੁਮ ਜਬ ਹੇਰੇ, ਤੁਸੀਂ ਕੋਈ ਇਸ ਗੱਲ ਤੋਂ ਅਣਜਾਣ ਥੋੜੀ ਹੋ ਕਿ ਤੁਹਾਨੂੰ ਪਤਾ ਨਹੀਂ ਉੱਥੇ ਕੀ ਕੁਛ ਹੋਇਆ, ਤੁਹਾਡੀ ਜਦੋਂ ਛੋਟੀ ਉਮਰ ਸੀ ਭਾਵ ਹੁਣ ਤੇ ਕਾਫੀ ਸਾਲ ਲੰਘ ਗਏ, ਇੱਥੇ ਆਉਣ ਤੱਕ ਕਈ ਸਾਲ ਲੱਗੇ, ਫਿਰ ਇੱਥੇ ਰਹੇ, ਫਿਰ ਆਸਾਮ ਨੂੰ ਗਏ, ਇਸ ਤਰ੍ਹਾਂ ਕਾਫੀ ਸਾਲ ਲੰਘ ਗਏ, ਤਾਂ ਮਾਤਾ ਜੀ ਕਹਿੰਦੇ ਜਦੋਂ ਤੁਹਾਡੀ ਸਰੀਰਕ ਉਮਰ ਜਿਹੜੀ ਛੋਟੀ ਸੀ ਤੁਸੀਂ ਆਪਣੀਆਂ ਅੱਖਾਂ ਨਾਲ ਤੱਕਿਆ ਕਿ ਉੱਥੇ ਸਾਡੇ ਸ਼ਰੀਕੇ ਨੇ ਕੀ ਕੁਛ ਕੀਤਾ ਸੀ, ਅਨੇਕ ਭਾਂਤ ਉਤਪਾਤ ਵਿਸਾਲੇ, ਸਾਡੇ ਆਪਣਿਆਂ ਨੇ ਹੀ ਕਈ ਪ੍ਰਕਾਰ ਦੇ ਝਗੜੇ ਕਈ ਪ੍ਰਕਾਰ ਦੇ ਵੈਰ ਵਿਰੋਧ ਖੜੇ ਕੀਤੇ ਸਨ। ਸੋਢੀ ਕਰ ਹੈ ਸਰੀਕਾ ਨਾਲੇ, ਜਿਹੜੇ ਸੋਢੀ ਸਨ ਧੀਰ ਮੱਲੀਏ ਜਿਹੜੇ ਸਨ ਉਹਨਾਂ ਆਪਣਿਆਂ ਨੇ ਸਾਡੇ ਨਾਲ ਸ਼ਰੀਕਾ ਕੀਤਾ, ਸ਼ਰੀਕੇ ਵਾਲਿਆਂ ਨੇ ਸ਼ਰੀਕਾ ਕਰਕੇ ਦਿਖਾ ਦਿੱਤਾ ਸੀ, ਧੀਰ ਮੱਲੀਏ ਨੇ ਗੋਲੀ ਚਲਵਾਈ ਸੀ ਗੁਰੂ ਤੇਗ ਬਹਾਦਰ ਮਹਾਰਾਜ 'ਤੇ,
ਪਰ ਸਤਿਗੁਰਾਂ ਨੇ ਉਸ ਦਿਨ ਵੀ ਕਿਹਾ ਸੀ ਸਾਧੂ ਧੀਰ ਮਲ ਸਾਧੂ ਭਲਾ ਹੋਵੇ ਤੇਰਾ ਵੀ। ਸੋ ਮਾਤਾ ਜੀ ਕਹਿਣ ਲੱਗੇ ਤੁਹਾਨੂੰ ਸਭ ਕੁਝ ਪਤਾ ਹੈ ਉਹਨਾਂ ਨੇ ਕੀ ਕੀਤਾ, ਕਿੰਨੇ ਝਗੜੇ ਕੀਤੇ, ਸਾਨੂੰ ਉੱਥੋਂ ਤੋਰਨ ਦੇ ਵਾਸਤੇ ਕਿੰਨੇ ਫਸਾਦ ਕੀਤੇ ਉਹਨਾਂ ਨੇ। ਦੇਖ ਸਮਾਜ ਜਵਲਤ ਬਹੁ ਛਾਤੀ, ਇਹ ਸਾਰਾ ਸਮਾਜ ਦੇਖ ਕਰਕੇ, ਭਾਵ ਗੁਰੂ ਨਾਨਕ ਦੀਆਂ ਜੋ ਸਾਡੇ ਘਰ 'ਚ ਬਖਸ਼ਿਸ਼ਾਂ ਹਨ, ਜੋ ਸੰਗਤਾਂ ਵੱਲੋਂ ਭੇਟਾਵਾਂ ਹਨ, ਇਹ ਸਾਰਾ ਐਸ਼ਵਰਜ ਦਾ ਸਾਜੋ ਸਮਾਨ ਦੇਖ ਕਰਕੇ ਉਹਨਾਂ ਦੀਆਂ ਛਾਤੀਆਂ ਜਲਦੀਆਂ ਹਨ, ਈਰਖਾ ਨਾਲ ਸੜ ਉੱਠਦੇ ਹਨ। ਬਣ ਹੈ ਦੁਖਤ ਜਿਮ ਦੀ ਅਰਾਤੀ, ਜਿਵੇਂ ਕੋਈ ਬਹੁਤ ਵੱਡਾ ਦੁਸ਼ਮਣ ਵੈਰੀ ਸੜਦਾ ਨਾ ਕਿਸੇ ਤੋਂ, ਇੰਜ ਸਾਡੇ ਤੋਂ ਮੱਚਦੇ ਸੜਦੇ ਹਨ ਉਹ। ਜਬ ਕੇ ਇਤ ਦਿਸ ਕੋ ਚਲ ਆਏ, ਜਦੋਂ ਤੋਂ ਉਸ ਪੰਜਾਬ ਨੂੰ ਤਿਆਗ ਕਰਕੇ, ਉਸ ਚੱਕ ਨਾਨਕੀ ਨਗਰ ਨੂੰ ਛੱਡ ਕਰਕੇ ਇਤ ਦਿਸ ਆਏ, ਇਸ ਪਟਨਾ ਸਾਹਿਬ ਦੀ ਧਰਤੀ ਤੇ ਇਧਰਲੇ ਪਾਸੇ ਆਏ ਹਾਂ। ਬਿਨ ਉਤਪਾਤ ਬਹੁਤ ਸੁਖ ਪਾਏ, ਦੇਖੋ ਕੋਈ ਝਗੜਾ ਨਹੀਂ ਹੋਇਆ, ਕੋਈ ਲੜਾਈ ਨਹੀਂ, ਕੋਈ ਸ਼ਰੀਕਾ ਨਹੀਂ, ਸਾਰੀਆਂ ਸੰਗਤਾਂ ਅਥਾਹ ਪ੍ਰੇਮ ਕਰਦੀਆਂ ਨੇ, ਸਾਰੇ ਨਗਰ ਨਿਵਾਸੀ ਪਰਿਵਾਰ ਤਰ੍ਹਾਂ ਪ੍ਰੇਮ ਕਰਦੇ ਨੇ, ਸਾਰੀਆਂ ਸੰਗਤਾਂ ਕਿੰਨਾ ਸੁਨੇਹ ਜਤਾਉਂਦੀਆਂ ਹਨ। ਸੋ ਕਿਸੇ ਪ੍ਰਕਾਰ ਦਾ ਕੋਈ ਝਗੜਾ, ਕੋਈ ਲੜਾਈ ਨਹੀਂ, ਬੜੇ ਸੁੱਖ ਨਾਲ ਵਸ ਰਹੇ ਹਾਂ। ਕਹਾਂ ਗ੍ਰਾਮ ਅਰ ਨਗਰ ਵਸਾਵਣ, ਇਸ ਕਰਕੇ ਕਾਹਦੇ ਲਈ ਤੁਸੀਂ ਉੱਥੇ ਨਗਰ ਵਸਾਉਣ, ਉਸ ਗ੍ਰਾਮ ਉਸ ਨਗਰ ਨੂੰ ਵਸਾਉਣ ਦਾ ਖਿਆਲ ਕਰ ਰਹੇ ਹੋ? ਕਰ ਹੋ ਕਹਾਂ ਤਿੰਨ ਤੇ ਕੁਛ ਪਾਵਣ, ਉੱਥੇ ਕੋਈ ਫਾਇਦਾ ਜਾਂ ਕੁਛ ਪ੍ਰਾਪਤੀ ਨਹੀਂ ਹੈ। ਇੱਥੋਂ ਤੱਕ ਵੀ ਬਚਨ ਕਿਹਾ ਵੀ ਇੱਥੇ ਹੀ ਵਸਾ ਲਓ, ਜੇ ਇਸ ਤਰ੍ਹਾਂ ਦਾ ਕੋਈ ਮਨ ਦਾ ਫੁਰਨਾ ਹੈ ਤਾਂ। ਮਾਤਾ ਨਾਨਕੀ ਜੀ ਕਹਿੰਦੇ ਇੱਥੇ ਟਿਕ ਜਾਂਦੇ ਆ, ਬੜਾ ਸੁੱਖ ਹੈ, ਕੀ ਕਰਨਾ ਉੱਥੇ ਜਾ ਕਰਕੇ ਤੁਸੀਂ। ਗਮਨ ਕਰੋ ਨਾ ਮਸਲਤ ਮੋਰੀ, ਤੇ ਮਸਲਤ ਮੋਰੀ, ਪੁੱਤਰ ਜੀ ਮੇਰੀ ਤਾਂ ਇਹੀ ਸਲਾਹ ਹੈ ਕਿ ਗਮਨ ਕਰੋ ਨਾ, ਕਿ ਤੁਸੀਂ ਨਾ ਜਾਣਾ ਕਰੋ ਉੱਥੇ। ਬਸਨ ਭਲੋ ਪੂਰਬ ਦਿਸ ਓਰੀ, ਇਸ ਪੂਰਬ ਵਾਲੇ ਪਾਸੇ ਇਸ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੀ ਵਸਣਾ ਕਰੀਏ, ਇੱਥੇ ਬੜਾ ਆਨੰਦ ਹੈ, ਸੰਗਤਾਂ ਆਉਂਦੀਆਂ ਨੇ, ਸਾਰੇ ਪਿਆਰ ਕਰਦੇ ਹਨ। ਸੁਣ ਸਤਿਗੁਰ ਮਾਤਾ ਸਮਝਾਈ, ਸੁਣ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਤਾ ਜੀ ਨੂੰ ਸਮਝਾਉਣ ਲੱਗੇ, ਬੇਨਤੀ ਕਰਦੇ ਹਨ। ਉਤੇ ਪਿਤਾ ਸਮਰੱਥ ਗੁਸਾਈ, ਦੇਖੋ ਮਾਤਾ ਜੀ, ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਰਬ ਕਲਾ ਸਮਰੱਥ ਗੋਸਾਈ ਸਤਿਗੁਰੂ ਸਨ। ਤੁਰ ਕੇ ਸਰ ਕੇ ਸੰਗ ਬਖੇਰਾ, ਤੁਰਕੇਸ਼ਵਰ ਜਿਹੜਾ ਸੀ, ਜਹਾਂਗੀਰ ਜਿਹੜਾ ਸੀ, ਸਮੇਂ ਦੀ ਸਰਕਾਰ ਜਿਹੜੀ ਸੀ, ਉਹਨਾਂ ਨੇ ਕਈ ਪ੍ਰਕਾਰ ਕਰਕੇ ਗੁਰੂ ਘਰ ਦੇ ਨਾਲ ਝਗੜੇ, ਫਸਾਦ ਕੀਤੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ। ਸੋ ਉਸ ਕਰਕੇ ਗੁਰੂ ਹਰਗੋਬਿੰਦ ਪਿਤਾ ਸਤਿਗੁਰੂ ਜੀ ਨੂੰ ਜੰਗ ਆਦਿਕ ਜਿਹੜੇ ਸਨ ਉਹ ਲੜਨੇ ਪਏ ਹਨ। ਰਹੇ ਉਸ ਦੀ ਬਜੰਗ ਕੋ ਛੇਰਾ, ਸਾਰਾ ਸਮਾਂ ਜਿਹੜਾ ਸੀ ਉਹ ਜੰਗਾਂ ਯੁੱਧਾਂ ਦੇ ਵਿੱਚ ਉੱਥੇ ਨਿਕਲ ਜਾਣਾ ਕੀਤਾ। ਹਮ ਕਿਸ ਕੇ ਸੰਗ ਦੁਆ ਸੁਨਾ ਧਰੈ, ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਕਰਦੇ ਤੇ ਨਾ ਹੀ ਕਰਾਂਗੇ। ਇਹ ਨਹੀਂ ਕਿ ਗੁਰੂ ਹਰਗੋਬਿੰਦ ਮਹਾਰਾਜ ਕਰਦੇ ਸੀ, ਸਾਹਿਬ ਕਹਿੰਦੇ ਨਹੀਂ। ਭਾਵ ਇਹ ਹੈ ਕਿ ਉੱਧਰ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਵੀ ਕਈ ਪ੍ਰਕਾਰ ਦੇ ਵੈਰ ਵਿਰੋਧ ਉਠਾਏ, ਜਿਸ ਦਾ ਜਵਾਬ ਗੁਰੂ ਹਰਗੋਬਿੰਦ ਪਾਤਸ਼ਾਹ ਪਿਤਾ ਸਤਿਗੁਰਾਂ ਨੂੰ ਦੇਣਾ ਪਿਆ। ਪਰ ਅਸੀਂ ਇਹਨਾਂ ਝਮੇਲਿਆਂ, ਇਹਨਾਂ ਝਗੜਿਆਂ, ਇਹਨਾਂ ਰਾਜਸੀ, ਇਹਨਾਂ ਵੈਰ ਵਿਰੋਧਾਂ ਵਿੱਚ ਨਹੀਂ ਪੈਣਾ, ਨਾ ਪਵਾਂਗੇ। ਮਤ ਸਰ ਬੈਰ ਅਪਰ ਕੋ ਕਰੈ, ਇਸ ਕਰਕੇ ਫਿਰ ਸਾਡੇ ਨਾਲ ਕੋਈ ਕਿਉਂ ਭਲਾ ਕੋਈ ਵੈਰ ਕਰਨਾ ਕਰੇਗਾ। ਤਹਿ ਪਹੁੰਚੇ ਬਿਨ ਸਰੈ ਨ ਕਾਜੂ, ਪਰ ਹਾਂ ਇਹ ਹੈ, ਇਹ ਵੀ ਕੋਈ ਝੂਠ ਨਹੀਂ ਕਿ ਜੇ ਉੱਥੇ ਧੀਰ ਮੱਲੀਏ ਸਾਡੇ ਆਪਣੇ ਸ਼ਰੀਕੇ ਵਾਲੇ ਸਾਡੇ ਨਾਲ ਈਰਖਾ ਕਰਦੇ ਨੇ ਤਾਂ ਫਿਰ ਉੱਥੇ ਗਏ ਬਿਨਾਂ ਇਹ ਕਾਰਜ ਸਰੇਗਾ ਨਹੀਂ। ਭਾਵ ਇਹ ਇਸ਼ਾਰਾ ਨਹੀਂ ਕਿ ਅਸੀਂ ਜਾ ਕੇ ਹੁਣ ਉਹਨਾਂ ਨਾਲ ਕੋਈ ਵੈਰ ਕਰਨਾ, ਕੋਈ ਝਗੜਾ ਕਰਨਾ। ਸਭ ਕਹਿੰਦੇ ਉਹ ਇਸੇ ਤਰ੍ਹਾਂ ਇਹ ਵੈਰ ਦਾ ਬੀਜ ਜਿਹੜਾ ਇਹ ਪੀੜ੍ਹੀਆਂ ਤੱਕ ਨਾ ਕਿਤੇ ਚੱਲਦਾ ਰਹੇ। ਅਸੀਂ ਇੱਕ ਵਾਰ ਜਾਂਦੇ ਹਾਂ ਜਾ ਕਰਕੇ, ਫਿਰ ਉਹ ਸਾਰਾ ਸਮਾਂ, ਉਹ ਸਾਰੀ ਵਾਰਤਾਲਾਪ, ਉਹ ਗੱਲ ਉਹਨਾਂ ਨਾਲ ਮਿਲਦੇ ਹਾਂ। ਆਪਣੋ ਬੰਸ ਵਿਸਾਲ ਸਮਾਜੂ, ਇਸ ਕਰਕੇ ਆਪਣਾ ਜਿਹੜਾ ਉੱਥੇ ਪਰਿਵਾਰ ਵੱਸਦਾ ਹੈ, ਜਿਹੜੀ ਸੋਢੀ ਵੰਸ਼ ਵੱਸਦੀ ਹੈ, ਬੜੀ ਵਿਸ਼ਾਲ ਹੈ, ਬੜਾ ਵੱਡਾ ਪਰਿਵਾਰ ਹੈ ਸਾਡਾ। ਤਿੰਨ ਮੈਂ ਇਹ ਪ੍ਰਕਾਸ਼ ਕੋ ਧਰੈ, ਇਸ਼ਾਰਾ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੋਬਿੰਦ ਰਾਏ ਜੀ ਵੱਲ, ਗੁਰੂ ਤੇਗ ਬਹਾਦਰ ਮਹਾਰਾਜ,
कि चिंता ना करो, अपना जिहड़ा वड्डा परिवार वड्डी कुल है ना, तिह मह करै प्रकाश बिसालू गोबिंद राय जी अपनी कुल दे विच बड़ा महान प्रताप प्रकाश करनगे। उडगण बिखै चंद ज्यों करै, आसमान दे विच हजारां लखां करोड़ां तारे चढ़े हुंदे ने, उहनां दे विच जिवें चंद्रमा चमकदा है सारे संसार नूं प्रकाश दिंदा है, इंज गोबिंद राय जी अपनी कुल विच प्रकाश करनगे। अनक विधान के काज असेस, कई प्रकार दे विशेष कार्ज जिहड़े हन, करह तहां होए बैस विशेष, ते उत्थे बैस करके उत्थे रह करके कई विशेष कार्ज जिहड़े हन ओह करनगे। इत्यादिक गुर कीन बखान, इस तरह गुरु तेग बहादुर महाराज जी ने कहना कीता कि माता जी असी भी कई कार्ज करने ने, बड़ा कुछ है करन वाला, सो नाल गोबिंद राय जी वाल इशारा कीता, चिंता ना करो ये भी बड़े महान कार्ज करनगे। सो इस वेले उत्थे जाना जड़ा साडा बहुत जरूरी हो चुका है। दीनस धीरज हृदय महान, इस तरह बहुत महान धीरज जड़ा सी सतगुरां ने अपने माता जी नूं देना कीता। पुन सिर गुजरी सात उचारा, फिर अपने महल श्री गुजरी जी नूं कहन लगे हन, निज सुत के रही यह अनुसारा, गुजरी इंज करी अपने निज सुत के रही है अनुसारा, असी हुण पंजाब जाना है ते पता की करियो, जिहड़ा पुत्र है ना तुहाडा, साडा पुत्र साहिबजादा जो गोबिंद राय है, इहदे हुकम दे अनुसार रहना करियो। महापुरख को एह अवतारू, किते इंज ना समझ लई कि इह कोई साधारण बालक है जो अज दुनिया समझ जांदी है। सो साहिब कहिंदे महान पुरख है, इह करता पुरख परमेश्वर दे घरों इक ब्रह्म स्वरूप है, इह करता पुरख परमेश्वर दे घरों महान पुरख अवतरिया है। धारह तेज प्रताप उदारू, आएगा इन्हें बहुत महान तेज प्रताप जड़ा है वह धारण करना है। मुख ते जो निकसै किस कारण, इहदे मुख तो किसे भी कारण कुछ भी बोल जदों निकलेगा ता, सो सब फुर है ना होए के मटारण, परिवार नूं हदायत करदे ने गुरु तेग बहादुर महाराज, खास करके अपने महल गुजरी जी नूं कि साहिबजादे दी रसना तो जो भी बचन निकले उहनूं टालियो ना, जे कुछ भी मंगे तत्काल हाजिर कर दियो, जो कवे हाथ जोड़ के उस हुक्म नूं मन लियो, क्योंकि एदी रसना तो कोई भी बचन किसे भी कारण निकलेगा वो एथे ते उथे सत होवेगा। जथा कहै तिम ही तुम मानो, जिवें साहिबजादा जी कहन कि इंज करना है हाथ जोड़ के उवें ही मन लियो, ये ना कहा जे भी मैं तेरी माता हाँ मैं इंज नी इंज कहिंदी हाँ, नहीं जिवें कहन उवें ही मन लेना करियो। हट विसाल को क्यों ना ठानो, इस करके साहिब जी कहिंदे किसे प्रकार दा कोई हठ जिहड़ा है वह मन विच ना धारण करियो। वधै प्रताप बिलंद समाजू, ते इन्हां दा प्रताप बहुत वधेगा, सब कहिंदे इन्हां दा समाज परिवार सब कुछ बहुत वधेगा। करह अनेक रीत के काजू, ते कई प्रकार दे कार्ज करेगा साडा साहिबजादा, केड़ा परिवार वधेगा, जिन्हों गुरु कलगीधर पातशाह अपनी बाणी विच कहिंदे कि सुखी बसै मोरो परिवारा सेवक सिख सभै करतारा, आ सेवक सिख सारा साडा परिवार है। सो गुरु तेग बहादुर पातशाह कहिंदे दा परिवार प्रताप सब कुछ बहुत वधेगा, बड़े वड्डे वड्डे कार्ज करेगा साडा साहिबजादा। जे ना कहो मानो इन केरा, नाल हदायत कर दिती जे एदे कहे हुए बचन नू किते तुसी ना मन्या ता, करह बसूरन फेर कनेरा, गुजरी जी फिर झूड़दे रह जाओगे, क्योंकि किसी प्रकार का भी बचन निकले तुसी ना मनो ते हो सकता बाद विच तुहानू पछताउणा भी पै सकता है। गजबाजी सैना समुदाय, इहदे कोल बहुत गज बाजी हाथी घोड़े सैना आदिक होवेगी, इनके संग होए अधिकाए, नाल बहुत ज्यादा महान फौजां जिहड़ियां उह समां पा करके चलिया करनगियां। इंज धन गुरु तेग बहादुर महाराज अपने परिवार माता नानकी जी नूं धीरज देंदे ने, अपने महल गुजरी जी नूं सारा कुछ समझाउंदे ने किवें गोबिंद राय जी की प्रतिपालना करनी है,
ਕਿਵੇਂ ਇਹਨਾਂ ਨੂੰ ਸੰਭਾਲਣਾ ਹੈ, ਇੰਜ ਤੀਰਜ ਦੇ ਕੇ ਸਾਰਿਆਂ ਨੂੰ ਜ਼ਿੰਮੇਵਾਰੀਆਂ ਦੇ ਕੇ ਸਤਿਗੁਰੂ ਜੀ ਇਸ ਪਾਵਨ ਗ੍ਰਹਿ ਇਸ ਪਾਵਨ ਧਰਤੀ ਤੋਂ ਫਿਰ ਪੰਜਾਬ ਨੂੰ ਚਾਲੇ ਮਾਰਨਗੇ। ਸੋ ਸਮਾਂ ਸੰਪੰਨ ਹੈ, ਉਹ ਗਾਥਾ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਤੁਹਾਂ ਬੇਅੰਤ ਭੁੱਲਾਂ ਦੀ ਖਿਮਾ ਸਾਹਿਬ ਜੀ ਸਮਤ ਦੀ ਦਾਤ ਬਖਸ਼ ਕੇ ਨਿਵਾਜਨਾ ਕਰਨਾ। ਜੇ ਨਾ ਕਹਿਓ ਮਾਨੋ ਇਨ ਕੇਰਾ ਕਰ ਹੈ ਬਿਸੂਰਣ ਫੇਰ ਕਨੇਰਾ ਗਜਬਾਜੀ ਸੈਨਾ ਸਮੁਦਾਏ ਇਨਕੇ ਸੰਗ ਹੋਏ ਅਧਿਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।